ਨਮਸਕਾਰ, ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਪੰਜਾਬ ਪੁਆਇੰਟਸ, ਤੁਹਾਡਾ ਸਵਾਗਤ ਹੈ। ਪੰਜਾਬ ਪੁਆਇੰਟ ਦੇ ਵਿੱਚ ਅੱਜ ਗੱਲ ਕਰਾਂਗੇ ਦੇਸ਼ ਦੇ ਵਿੱਚ ਇੱਕ ਨਵੇਂ ਮੁੱਦੇ ਦੀ, ਜਿਹੜਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿਖਾਈ ਦੇ ਰਿਹਾ। ਆਖਿਰ ਵਿਕਾਸ ਦਾ ਮੁੱਦਾ ਗਾਇਬ ਹੁੰਦਾ ਕਿਉਂ ਦਿਖਾਈ ਦੇ ਰਿਹਾ ਅਤੇ ਰਾਸ਼ਟਰਵਾਦ ਦਾ ਮੁੱਦਾ ਸਭ ਤੋਂ ਅੱਗੇ ਦਿਖਾਈ ਦੇ ਰਿਹਾ, ਆਖਿਰ ਕਿਉਂ? ਇਲੈਕਸ਼ਨ ਕਮਿਸ਼ਨ ਨੇ ਹਦਾਇਤਾਂ ਦਿੱਤੀਆਂ ਸੀ ਕਿ ਰਾਸ਼ਟਰਵਾਦ ਦਾ ਮੁੱਦਾ ਖਾਸ ਤੌਰ ਦੇ ਉੱਪਰ ਫੌਜ ਦਾ ਨਾਂ ਲੈਣਾ, ਫੌਜ ਦੇ ਨਾਂ, ਫੌਜ ਦੇ ਕੰਮਾਂ ਦਾ ਸਿਆਸੀ ਲਾਹਾ ਲੈਣਾ ਸਹੀ ਨਹੀਂ ਹੈ। ਇਸ ਲਈ ਸਿਆਸੀ ਪਾਰਟੀਆਂ ਗੁਰੇਜ਼ ਕਰਨ, ਫੌਜ ਦੇ ਸਿਆਸੀਕਰਨ ਕਰਨ ਤੋਂ, ਫੌਜ ਦੇ ਵੱਲੋਂ ਕੀਤੇ ਗਏ ਕੰਮਾਂ ਦਾ ਸਿਆਸੀ ਲਾਹਾ ਨਾ ਲਿੱਤਾ ਜਾਏ, ਫੌਜ ਦੇ ਕੰਮਾਂ ਦਾ ਪ੍ਰੋਪੇਗੰਡਾ ਨਾ ਕੀਤਾ ਜਾਏ, ਜਿਹੜੇ ਉਮੀਦਵਾਰ ਨੇ ਲੋਕ ਸਭਾ ਚੋਣਾਂ ਦੇ ਵਿੱਚ ਫੌਜ ਦੇ ਨਾਂ ਦਾ ਇਸਤੇਮਾਲ ਨਾ ਕਰਨ। ਪਰ ਬਾਵਜੂਦ ਉਸਦੇ ਸਿਆਸੀ ਪਾਰਟੀਆਂ ਬਜ਼ਿਦ ਨੇ। ਆਖਿਰ ਬਾਰ ਬਾਰ ਫੌਜ ਦੇ ਵੱਲੋਂ ਕੀਤੇ ਕੰਮ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖਾਸ ਤੌਰ 'ਤੇ ਉਦੋਂ ਜਦੋਂ ਸਖ਼ਤ ਹਦਾਇਤਾਂ ਵੀ ਨੇ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਹੀਂ ਖੁੱਲ੍ਹੇ ਤੌਰ 'ਤੇ ਫੌਜ ਦੇ ਨਾਂ 'ਤੇ ਵੋਟਾਂ ਮੰਗ ਲਈਆਂ। ਆਖਿਰ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਸਮਝਿਆ ਜਾਏ? ਅੱਜ ਇਸੇ ਮੁੱਦੇ ਨੂੰ ਚੁੱਕਣ ਜਾ ਰਹੇ ਹਾਂ ਕਿ ਫੌਜ ਦੇ ਨਾਂ ਦਾ ਸਹਾਰਾ ਕਿਉਂ ਲਿੱਤਾ ਜਾ ਰਿਹਾ, ਉਸਦਾ ਸਿਆਸੀਕਰਨ ਕਿਉਂ ਕੀਤਾ ਜਾ ਰਿਹਾ। ਸਵਾਲ ਕੀ ਹੈ? ਸਵਾਲ ਕਿ ਰਾਸ਼ਟਰਵਾਦ ਦਾ ਸਿਆਸੀਕਰਨ ਕਰਨਾ ਜਾਇਜ਼ ਹੈ? ਆਖਿਰ ਫੌਜ ਦਾ ਨਾਂ ਲੈਣਾ ਕਿੰਨਾ ਸਹੀ ਹੈ ਅਤੇ ਕਿਉਂ? ਕੀ ਮੋਦੀ ਨੇ ਰਾਸ਼ਟਰਵਾਦ ਦੇ ਮੁੱਦੇ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ? ਕੀ ਚੋਣ ਕਮਿਸ਼ਨ ਦੇ ਇਤਰਾਜ਼ ਤੋਂ ਬਾਅਦ ਪਾਰਟੀਆਂ ਆਖਿਰ ਬਜ਼ਿਦ ਕਿਉਂ ਨੇ ਇਸ ਮੁੱਦੇ ਦੇ ਉੱਪਰ, ਅਤੇ ਕੀ ਚੋਣਾਂ ਦੇ ਵਿੱਚ ਰਾਸ਼ਟਰਵਾਦ ਦਾ ਏਜੰਡਾ ਵਿਕਾਸ ਦੇ ਏਜੰਡੇ 'ਤੇ ਭਾਰੀ ਪੈ ਰਿਹਾ, ਦਿਖਾਈ ਦੇ ਰਿਹਾ? ਇਹ ਜਾਣਨ ਦੀ ਲੋੜ ਹੈ ਅਤੇ ਇਸ ਦੇ ਉੱਪਰ ਤੁਸੀਂ ਆਪਣੇ ਵੀ ਸਵਾਲ ਸਾਨੂੰ ਪੁੱਛ ਸਕਦੇ ਹੋ ਸਾਡੇ ਫੇਸਬੁੱਕ ਅਤੇ ਟਵਿੱਟਰ ਪੇਜ ਦੇ ਰਾਹੀਂ। ਸੋ ਅੱਜ ਫੌਜ ਦੇ ਨਾਂ ਦਾ, ਫੌਜ ਦੇ ਕੰਮਾਂ ਦਾ ਸਿਆਸੀਕਰਨ ਕਰਨਾ, ਚੋਣਾਂ ਦਾ ਟਾਈਮ ਹੈ। ਕੱਲ੍ਹ ਪਹਿਲਾ ਗੇੜ ਜਿਹੜਾ ਚੋਣਾਂ ਦਾ ਸ਼ੁਰੂ ਹੋਣ ਜਾ ਰਿਹਾ, ਤਾਂ ਉਸ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਯਾਨੀ ਭਾਜਪਾ ਦੇ ਵੱਲੋਂ ਫੌਜ ਦੇ ਕੰਮਾਂ ਦਾ ਸਹਾਰਾ ਲਿੱਤਾ ਜਾ ਰਿਹਾ ਅਤੇ ਖੁੱਲ੍ਹ ਕੇ ਪ੍ਰਧਾਨ ਮੰਤਰੀ ਨੇ ਹੀ ਵੋਟਾਂ ਮੰਗ ਲਈਆਂ ਅਤੇ ਇਸ ਦੇ ਉੱਪਰ ਸਖ਼ਤ ਇਤਰਾਜ਼ ਵਿਰੋਧੀ ਪਾਰਟੀਆਂ ਜਤਾ ਰਹੀਆਂ ਨੇ ਅਤੇ ਕਿੰਨਾ ਸਹੀ ਹੈ ਅਜਿਹਾ ਕਰਨਾ? ਛੋਟੀ ਜਿਹੀ ਰਿਪੋਰਟ ਵੇਖਦੇ ਹਾਂ, ਉਸ ਤੋਂ ਬਾਅਦ ਚਰਚਾ ਆਰੰਭ ਕਰਾਂਗੇ। ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਵੱਖ ਵੱਖ ਸਿਆਸੀ ਪਾਰਟੀਆਂ ਆਪਣੇ ਏਜੰਡੇ ਦੇਸ਼ ਦੇ ਲੋਕਾਂ ਮੂਹਰੇ ਰੱਖ ਰਹੀਆਂ ਨੇ। ਸੱਤਾਧਾਰੀ ਵਿਕਾਸ ਦੇ ਏਜੰਡੇ ਅਤੇ ਆਪਣੇ ਬੀਤੇ 5 ਸਾਲਾਂ ਦੇ ਰਿਪੋਰਟ ਕਾਰਡ ਨੂੰ ਲੋਕਾਂ ਦੀ ਕਚਹਿਰੀ ਰੱਖ ਕੇ ਅਗਲੇ 5 ਸਾਲਾਂ ਦੇ ਆਪਣੇ ਵਿਜ਼ਨ ਦੀ ਗੱਲ ਕਰਦੀਆਂ ਆਈਆਂ ਨੇ ਅਤੇ ਵਿਰੋਧੀ ਸਰਕਾਰ ਦੀ ਖਿਲਾਫਤ ਅਤੇ ਉਹਨਾਂ ਦੇ ਮਾੜੇ ਕੰਮਾਂ ਅਤੇ ਉਹਨਾਂ ਦੀ ਪੋਲ ਖੋਲ੍ਹਦੀਆਂ ਆਈਆਂ ਨੇ। ਪਰ ਇਸ ਵਾਰ ਚੋਣਾਂ ਤੋਂ ਕੁਝ ਮਹੀਨਾ ਪਹਿਲਾਂ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਅਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ 'ਚ ਭਾਰਤ ਵੱਲੋਂ ਕੀਤੇ ਗਏ ਹਮਲੇ ਨੇ ਦੇਸ਼ ਦੀ ਸਿਆਸਤ ਦੇ ਮੁੱਦੇ ਹੀ ਬਦਲ ਦਿੱਤੇ। ਫੌਜ ਦੇ ਕੰਮ 'ਤੇ ਸਿਆਸਤ ਹੋਣ ਲੱਗ ਪਈ ਅਤੇ ਇਸ ਨੂੰ ਸਿਆਸੀ ਮੁੱਦੇ ਵਜੋਂ ਉਭਾਰਿਆ ਜਾਣ ਲੱਗ ਪਿਆ। ਪਰ ਚੋਣ ਕਮਿਸ਼ਨ ਨੇ ਮਾਰਚ 19 ਨੂੰ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਫੌਜ ਦੇ ਕੰਮਾਂ ਅਤੇ ਰਾਸ਼ਟਰਵਾਦ ਜਿਹੇ ਮੁੱਦਿਆਂ ਨੂੰ ਸਿਆਸੀ ਰੰਗ ਨਾ ਦਿੱਤਾ ਜਾਵੇ। ਪਰ ਸੱਤਾਧਾਰੀ ਭਾਜਪਾ ਅਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਉਲਟ ਜਾ ਕੇ ਬੀਤੇ ਦਿਨੀ ਬਾਲਾਕੋਟ ਦੇ ਮੁੱਦੇ ਨੂੰ ਮੋਹਰੇ ਰੱਖ ਵੋਟਾਂ ਮੰਗੀਆਂ। ਮੋਦੀ ਨੇ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਔਸਾ 'ਚ ਇੱਕ ਰੈਲੀ 'ਚ ਦੇਸ਼ ਦੇ ਪਹਿਲੀ ਵਾਰ ਵੋਟ ਕਰਨ ਵਾਲੇ ਨੌਜਵਾਨਾਂ ਤੋਂ ਬਾਲਾਕੋਟ ਦੇ ਨਾਂ ਤੇ ਖੁੱਲ੍ਹ ਕੇ ਵੋਟਾਂ ਮੰਗੀਆਂ। ਮੈਂ ਜਰਾ ਕਹਿਣਾ ਚਾਹਤਾ ਹੂੰ ਮੇਰੇ ਫਸਟ ਟਾਈਮ ਵੋਟਰੋ ਕੋ, ਕਿਆ ਆਪਕਾ ਪਹਿਲਾ ਵੋਟ ਪਾਕਿਸਤਾਨ ਕੇ ਬਾਲਾਕੋਟ ਮੈਂ ਏਅਰ ਸਟ੍ਰਾਈਕ ਕਰਨੇ ਵਾਲੇ ਵੀਰ ਜਵਾਨੋ ਕੇ ਨਾਮ ਸਮਰਪਿਤ ਹੋ ਸਕਤਾ ਹੈ ਕਿਆ?
मैं मेरे फर्स्ट टाइम वोटर से कहना चाहता हूं कि आपका पहला वोट पुलवामा में जो वीर शहीद हुए, उन वीर शहीदों के नाम आपका वोट समर्पित हो सकता है क्या? ਹੁਣ ਜਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੀ ਅਜਿਹਾ ਕੀਤਾ ਹੋਵੇ ਤਾਂ ਉਸ ਦੇ ਵਿਰੋਧੀ ਕਿਵੇਂ ਚੁੱਪ ਬੈਠਦੇ? ਦੇਸ਼ ਦੀਆਂ ਤਮਾਮ ਵਿਰੋਧੀ ਪਾਰਟੀਆਂ ਸਣੇ ਕਾਂਗਰਸ ਨੇ ਮੋਦੀ ਦੇ ਇਸ ਕਾਰੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਮੈਂ ਰੋਜ਼ ਡਿਬੇਟ ਕੇ ਲਈ ਚੈਲੰਜ ਕਰਦਾ ਹਾਂ ਨਰਿੰਦਰ ਮੋਦੀ ਜੀ, ਮੈਂ ਆਪਕੋ ਡਾਇਰੈਕਟ ਚੈਲੰਜ ਕਰ ਰਹਾ ਹਾਂ। ਹੁਣ ਤੁਹਾਨੂੰ ਦੱਸਦੇ ਹਾਂ ਕਿ ਚੋਣ ਕਮਿਸ਼ਨ ਨੇ ਆਖਿਰ ਕਿਹੜੀ ਹਦਾਇਤਾਂ ਦਿੱਤੀਆਂ ਸਨ। ਚੋਣ ਕਮਿਸ਼ਨ ਦੀ ਹਦਾਇਤਾਂ, ਸਿਆਸੀ ਪਾਰਟੀਆਂ ਫੌਜ ਦਾ ਨਾਂ ਨਹੀਂ ਵਰਤਣਗੀਆਂ, ਚੋਣ ਕੈਂਪੇਨ 'ਚ ਆਰਮੀ ਦੇ ਕੰਮਾਂ ਦਾ ਸਿਆਸੀਕਰਨ ਨਾ ਕੀਤਾ ਜਾਵੇ, ਫੌਜ ਦੇ ਨਾਂ 'ਤੇ ਸਿਆਸੀ ਪ੍ਰੋਪੇਗੰਡਾ ਨਹੀਂ ਕੀਤਾ ਜਾਣਾ ਚਾਹੀਦਾ, ਸਿਆਸੀ ਆਗੂ ਆਰਮੀ ਦੇ ਕੰਮਾਂ ਦਾ ਲਾਹਾ ਨਾ ਲੈਣ। ਕੇਂਦਰੀ ਚੋਣ ਕਮਿਸ਼ਨ ਵੱਲੋਂ ਅਜਿਹੀਆਂ ਸਖ਼ਤ ਹਦਾਇਤਾਂ ਜਾਰੀ ਹੋਣ ਤੋਂ ਬਾਅਦ ਵੀ ਜਦ ਪ੍ਰਧਾਨ ਮੰਤਰੀ ਵੱਲੋਂ ਆਪਣੀ ਪਾਰਟੀ ਨੂੰ ਸਿਆਸੀ ਲਾਹਾ ਦਿਵਾਉਣ ਲਈ ਫੌਜ ਦੇ ਨਾਂ 'ਤੇ ਵੋਟਾਂ ਦੇਣ ਦੀ ਅਪੀਲ ਕੀਤੀ ਗਈ ਤਾਂ ਪੰਜਾਬ 'ਚ ਵੀ ਸਾਬਕਾ ਫੌਜੀ ਕਪਤਾਨ ਅਤੇ CM ਕੈਪਟਨ ਅਮਰਿੰਦਰ ਸਿੰਘ ਨੇ ਇਸ 'ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਅਤੇ ਚੋਣ ਕਮਿਸ਼ਨ ਨੂੰ ਭਾਜਪਾ ਅਤੇ ਮੋਦੀ ਖਿਲਾਫ਼ ਸ਼ਿਕਾਇਤ ਵੀ ਕੀਤੀ। ਇਸ ਦੇ ਨਾਲ ਹੀ ਪੰਜਾਬ ਦੀਆਂ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਵੀ ਰਾਸ਼ਟਰਵਾਦ ਦੇ ਨਾਂ 'ਤੇ ਫੌਜ ਦੇ ਨਾਂ ਦਾ ਇਸਤੇਮਾਲ ਕਰਨ ਨੂੰ ਗਲਤ ਕਰਾਰ ਦਿੱਤਾ। ਦੇਖੋ, ਰਾਸ਼ਟਰਵਾਦ ਦੇ ਮੁੱਦੇ ਲੈ ਕੇ ਮੈਂ ਸਮਝਦਾ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਮਿਲਟਰੀ ਦੇ ਅਟੈਕ ਪਾਕਿਸਤਾਨ ਦੇ ਉੱਤੇ, ਜਦੋਂ ਵੀ ਕਦੇ ਪਾਕਿਸਤਾਨ ਨੇ ਇੰਡੀਆ ਉੱਤੇ ਕੋਈ ਹਮਲਾ ਕੀਤਾ ਗਿਆ ਉਹਦਾ ਜਵਾਬ ਦਿੱਤਾ ਗਿਆ। ਸੋ ਇਸ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ। ਰਿਵਿਊ ਆਉਣ ਤੋਂ ਬਾਅਦ ਕਮੈਂਟ ਕਰਦੇ ਹਾਂ। ਹੁਣ ਜਿੱਥੇ ਇੱਕ ਪਾਸੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਕਿਉਂ ਰਾਸ਼ਟਰਵਾਦ ਦੇ ਨਾਂ 'ਤੇ ਫੌਜਾਂ ਦੇ ਕੰਮਾਂ ਦਾ ਜ਼ਿਕਰ ਕਰ ਵੋਟਾਂ ਲਈ ਸਿਆਸਤ ਕੀਤੀ ਜਾ ਰਹੀ ਹੈ, ਤਾਂ ਦੂਜੇ ਪਾਸੇ ਸਵਾਲ ਇਹ ਉੱਠਦਾ ਹੈ ਕਿ ਆਖਿਰ ਦੇਸ਼ 'ਚ ਸੱਤਾਧਾਰੀ ਪਾਰਟੀ ਦੇ ਵੱਲੋਂ ਵਿਕਾਸ ਅਤੇ ਹੋਰਨਾਂ ਮੁੱਦਿਆਂ ਤੋਂ ਹਟ ਕੇ ਰਾਸ਼ਟਰਵਾਦ ਦੇ ਨਾਂ 'ਤੇ ਹੀ ਲੋਕਾਂ ਤੋਂ ਵੋਟਾਂ ਕਿਉਂ ਮੰਗੀ ਜਾ ਰਹੀਆਂ ਨੇ? ਬਹਿਰਾਲ, ਇੰਨਾ ਜ਼ਰੂਰ ਹੈ ਕਿ ਮੋਦੀ ਵੱਲੋਂ ਬਾਲਾਕੋਟ ਦੇ ਨਾਂ 'ਤੇ ਵੋਟਾਂ ਮੰਗਣ 'ਤੇ ਚੋਣ ਕਮਿਸ਼ਨ ਨੇ ਇਸ ਗੱਲ ਦਾ ਨੋਟਿਸ ਜ਼ਰੂਰ ਲੈ ਲਿਆ। ਉਂਝ ਵੀ ਚੋਣ ਕਮਿਸ਼ਨ ਨੇ ਮੋਦੀ ਨਾਂ ਦੀ ਫਿਲਮ 'ਤੇ ਵੀ ਰੋਕ ਲਾ ਦਿੱਤੀ ਹੈ, ਜਿਸ ਨਾਲ ਭਾਜਪਾ ਨੂੰ ਉਸਦਾ ਸਿਆਸੀ ਲਾਹਾ ਮਿਲਣ ਦੀ ਗੱਲ ਕਹੀ ਜਾ ਰਹੀ ਸੀ। ਅਤੇ ਹੁਣ ਵੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਇਸ ਮਾਮਲੇ 'ਚ ਕੀ ਐਕਸ਼ਨ ਲੈਂਦਾ ਹੈ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਰਾਸ਼ਟਰਵਾਦ ਸਿਆਸਤ ਅਤੇ ਮਿਸ਼ਨ 2019, ਕੀ ਇਹ ਮਿਸ਼ਨ 2019 ਸਿਆਸੀ ਪਾਰਟੀਆਂ ਦੇ ਲਈ ਇੰਨਾ ਵਕਾਰ ਦਾ ਸਵਾਲ ਬਣ ਗਿਆ ਕਿ ਉਹਨਾਂ ਦੇ ਲਈ ਪਿਛਲੇ 5 ਸਾਲਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਰਿਪੋਰਟ ਕਾਰਡ ਰੱਖਣ ਦੀ ਥਾਂ 'ਤੇ ਰਾਸ਼ਟਰਵਾਦ ਦਾ ਮੁੱਦਾ ਇੰਨਾ ਵੱਡਾ ਹੋ ਗਿਆ? ਆਖਿਰ 5 ਸਾਲਾਂ ਦੇ ਕਿਤੇ ਕੰਮ ਦਾ ਰਿਪੋਰਟ ਕਾਰਡ ਬਾਅਦ 'ਚ ਦਿੱਤਾ ਜਾ ਰਿਹਾ ਅਤੇ ਰਾਸ਼ਟਰਵਾਦ ਦਾ ਮੁੱਦਾ ਜਿਹੜਾ ਉਹ ਪਹਿਲੇ ਚੁੱਕਿਆ ਜਾ ਰਿਹਾ? ਆਖਿਰ ਇਸ ਤੋਂ ਲੋਕ ਕੀ ਸਮਝਣ ਕਿ ਆਖਿਰ ਕਿਉਂ ਰਾਸ਼ਟਰਵਾਦ ਦੇ ਮੁੱਦੇ ਨੂੰ ਉੱਪਰ ਚੁੱਕਿਆ ਗਿਆ ਅਤੇ ਜਿਹੜੀ ਵੋਟਾਂ ਉਹ ਫੌਜ ਦੇ ਕੰਮਾਂ ਦੇ ਲਈ ਮੰਗੀ ਜਾ ਰਹੀਆਂ ਕਿ ਫੌਜ ਨੇ ਵਧੀਆ ਕੰਮ ਕੀਤਾ ਬਾਲਾਕੋਟ ਦੇ ਵਿੱਚ ਜਾ ਕੇ ਜੋ ਕੀਤਾ? ਪੁਲਵਾਮਾ ਅਸੀਂ ਭੁੱਲ ਜਾਈਏ, ਬਾਲਾਕੋਟ ਨੂੰ ਯਾਦ ਰੱਖੀਏ ਅਤੇ ਵੋਟਾਂ ਉਹਦੇ ਨਾਂ 'ਤੇ ਪੈ ਜਾਣ। ਖਾਸ ਤੌਰ 'ਤੇ ਉਦੋਂ ਜਦੋਂ ਇਲੈਕਸ਼ਨ ਕਮਿਸ਼ਨ ਨੇ ਸਖ਼ਤ ਇਤਰਾਜ਼ ਜਤਾਇਆ, ਖਾਸ ਤੌਰ 'ਤੇ ਸਿਆਸੀ ਪਾਰਟੀਆਂ ਨੂੰ ਹਿਦਾਇਤ ਦਿੱਤੀ ਕਿ ਸਿਆਸਤ ਫੌਜ ਦੇ ਨਾਂ 'ਤੇ ਨਹੀਂ ਹੋਣੀ ਚਾਹੀਦੀ, ਫੌਜ ਦੇ ਨਾਂ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ, ਆਰਮੀ ਦੇ ਕੰਮਾਂ ਦਾ ਸਿਆਸੀ ਪਾਰਟੀਆਂ ਲਾਹਾ ਨਾ ਲੈਣ, ਉਹਨਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਨਾ ਚਲਾਉਣ, ਜਿਹੜੇ ਬੰਦੂਕ ਚਲਾਉਂਦੇ ਨੇ ਸਰਹੱਦ 'ਤੇ ਹੁਣ ਉਹਨਾਂ ਦੇ ਮੋਢਿਆਂ 'ਤੇ ਬੰਦੂਕਾਂ ਨਾ ਰੱਖੀਆਂ ਜਾਣ। ਇਹ ਇਲੈਕਸ਼ਨ ਕਮਿਸ਼ਨ ਨੇ 19 ਮਾਰਚ ਨੂੰ ਸਪਸ਼ਟ ਕੀਤਾ ਸੀ, ਸਾਰੀ ਸਿਆਸੀ ਪਾਰਟੀਆਂ ਨੂੰ
ਹਦਾਇਤਾਂ ਜਾਰੀ ਕੀਤੀਆਂ ਸਨ, ਪਰ ਉਸ ਤੋਂ ਬਾਅਦ ਕਿਸੇ MP ਕਿਸੇ ਸਿਆਸੀ ਪਾਰਟੀ ਦੇ ਆਗੂ ਦੇ ਵੱਲੋਂ, ਕਿਸੇ ਆਮ ਸਿਆਸੀ ਵਰਕਰ ਦੇ ਵੱਲੋਂ ਅਜਿਹੀ ਗੱਲ ਨਹੀਂ ਹੋਈ, ਪਰ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੀ ਅਜਿਹਾ ਕਰ ਦਿੱਤਾ। ਅਤੇ ਹੁਣ ਇਸੇ ਲਈ ਵਿਰੋਧੀ ਪਾਰਟੀਆਂ ਵੀ ਸਵਾਲ ਚੁੱਕ ਰਹੀਆਂ ਅਤੇ ਕਹਿ ਰਹੀਆਂ ਨੇ ਕਿ ਕਿਉਂ ਆਖਿਰ ਕਿਉਂ ਸਿਆਸੀਕਰਨ ਕੀਤਾ ਜਾ ਰਿਹਾ ਫੌਜ ਦੇ ਵੱਲੋਂ ਕਿਤੇ ਕੰਮਾਂ ਦਾ। ਸੋ ਅੱਜ 50 ਪੁਆਇੰਟ ਦਾ ਮੁੱਦਾ ਇਹੀ ਹੈ ਕਿ ਦੇਸ਼ ਦੇ ਲੋਕ ਆਖਿਰ ਵੋਟਾਂ ਕਿਸ ਚੀਜ਼ ਨੂੰ ਵੇਖ ਕੇ ਪਾਉਣ, ਸਿਆਸੀ ਪਾਰਟੀਆਂ ਦੇ ਆਗੂ ਤੁਹਾਡੇ ਕੋਲ ਜਦੋਂ ਆਉਣ ਤਾਂ ਕੀ ਪਿਛਲੇ 5 ਸਾਲ ਦੀ ਸਰਕਾਰ ਦਾ ਬਿਊਰਾ ਦੇਣ, ਰਿਪੋਰਟ ਕਾਰਡ ਦੇਣ, ਜਾਂ ਫਿਰ ਸਿਰਫ ਅਤੇ ਸਿਰਫ ਬਾਲਾਕੋਟ ਯਾਦ ਰੱਖਣ? ਇਹ ਅੱਜ ਤੁਸੀਂ ਜੋ ਜਾਣਨਾ ਚਾਹੁੰਦੇ ਹੋ, ਅੱਜ ਉਹੀ ਮੁੱਦਾ ਅਸੀਂ ਚੁੱਕਣ ਜਾ ਰਹੇ ਹਾਂ 50 ਪੁਆਇੰਟ ਦੇ ਵਿੱਚ। ਕੀ ਚੋਣਾਂ ਦੇ ਵਿੱਚ ਰਾਸ਼ਟਰਵਾਦ ਦਾ ਜਿਹੜਾ ਏਜੰਡਾ ਹੈ ਉਹ ਵਿਕਾਸ ਦੇ ਏਜੰਡੇ 'ਤੇ ਭਾਰੀ ਹੋ ਗਿਆ ਜਾਂ ਭਾਰੀ ਹੋਣ ਜਾ ਰਿਹਾ? ਜੋ ਬਾਲਾਕੋਟ 'ਚ ਹੋਇਆ ਕਿ ਉਸਨੂੰ ਵੇਖ ਕੇ ਦੇਸ਼ ਦੇ ਲੋਕ ਵੋਟਾਂ ਪਾਉਣ? ਸੋ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਜੋ ਸਰਹੱਦ 'ਤੇ ਸਾਡੇ ਦੇਸ਼ ਦੀ ਰਾਖੀ ਕਰਦੇ ਨੇ ਉਹ ਫੌਜੀ ਜਿਹੜੇ ਉੱਥੇ ਬੰਦੂਕ ਲੈ ਕੇ ਖੜ੍ਹੇ ਹੁੰਦੇ ਨੇ, ਕੀ ਉਹਨਾਂ ਦੇ ਨਾਂ 'ਤੇ ਹੁਣ ਵੋਟਾਂ ਪੈਣਗੀਆਂ? ਸਾਡੇ ਨਾਲ ਖਾਸ ਮਹਿਮਾਨ ਜੁੜ ਗਏ ਨੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। HS ਲੱਕੀ ਸਾਹਿਬ ਕਾਂਗਰਸ ਪਾਰਟੀ ਤੋਂ, ਕਰਨਲ ਸਿੰਘ ਕੰਬੋਜ ਜੀ ਸ਼੍ਰੋਮਣੀ ਅਕਾਲੀ ਦਲ ਤੋਂ, ਐਡਵੋਕੇਟ ਗੁਰਪ੍ਰੀਤ ਸਿੰਘ ਸੰਧੂ ਜੀ ਪੰਜਾਬ ਏਕਤਾ ਪਾਰਟੀ ਤੋਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਕੰਬੋਜ ਸਾਹਿਬ, ਮੈਂ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗਾ। ਕੰਬੋਜ ਸਾਹਿਬ, ਕੀ ਇਹ ਮੁੱਦਾ ਤੁਹਾਨੂੰ ਲੱਗ ਰਿਹਾ ਠੀਕ ਹੈ, ਸਿਰਫ ਬਾਲਾਕੋਟ ਨੂੰ ਯਾਦ ਕਰਕੇ ਹੀ ਦੇਸ਼ ਦੇ ਲੋਕ ਵੋਟ ਪਾ ਦੇਣ? ਇਜ਼ ਇਟ ਰਾਈਟ? ਤੁਹਾਡੀ ਭਾਈਵਾਲ ਪਾਰਟੀ, ਖਾਸ ਤੌਰ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ, ਹਾਊ ਡੂ ਯੂ ਸੀ ਦਿਸ ਥਿੰਗ? ਤੁਸੀਂ ਤਾਂ ਖੁਦ ਹੀ ਆਰਮੀ ਤੋਂ। ਤੁਹਾਡਾ ਸਵਾਲ ਮੇਰੇ ਖਿਆਲ 'ਚ ਵਾਜਬ ਨਹੀਂ ਹੈ। ਠੀਕ ਹੈ, ਤੁਸੀਂ ਕਿਹਾ ਕਿ ਇੱਕ ਮੁੱਦੇ ਨੂੰ ਦੇਖ ਕੇ ਹੀ ਵੋਟਾਂ ਪਾ ਦੇਣ, ਠੀਕ ਹੈ। ਤੁਸੀਂ ਪ੍ਰਧਾਨ ਮੰਤਰੀ ਦੀ ਸਪੀਚ ਦਾ ਇੱਕ ਹਿੱਸਾ ਛੋਟਾ ਜਿਹਾ ਦਿਖਾਇਆ, 2 ਲਾਈਨਾਂ ਦਾ, ਠੀਕ ਹੈ, ਲੇਕਿਨ ਜਿੱਥੇ ਉਹਨਾਂ ਨੇ ਘੰਟਾ ਭਰ ਸਪੀਚ ਕਰਦੇ ਨੇ ਔਰ ਉਹ ਦੇਸ਼ ਦੇ ਵਿਕਾਸ ਵਾਸਤੇ ਪਿਛਲੇ 5 ਸਾਲਾਂ 'ਚ ਕੀ ਕੁਛ ਕੀਤਾ ਹੈ ਉਹ ਵੀ ਦੱਸਦੇ ਨੇ, ਤੁਸੀਂ ਉਹਦੇ ਬਾਰੇ ਤਾਂ ਤੁਸੀਂ ਕੁਛ ਕਿਹਾ ਨਹੀਂ ਕਿ ਉਹ। ਦੂਸਰੀ ਗੱਲ, ਤੁਸੀਂ ਜਿਹੜਾ ਬਾਰ ਬਾਰ ਸਵਾਲ ਕਰ ਰਹੇ ਹੋ, ਲੈਟ ਮੀ ਫਿਨਿਸ਼। ਚਲੋ ਤੁਸੀਂ ਫਿਨਿਸ਼ ਕਰੋ ਨਾ। ਜਿਹੜਾ ਇਹ ਬਾਰ ਬਾਰ ਸਵਾਲ ਕਰਦੇ ਹੋ, ਤੁਸੀਂ ਜਿਹੜਾ ਬਾਰ ਬਾਰ ਇਹ ਸਵਾਲ ਕਰਦੇ ਹੋ ਕਿ ਬਈ ਉਹ ਫੌਜ ਦਾ ਸਿਆਸੀ ਕਰਨ, ਤੁਸੀਂ ਆਪ ਇਹ ਦਿਖਾਇਆ ਹੈ ਪ੍ਰਧਾਨ ਮੰਤਰੀ ਜੀ ਦਾ ਭਾਸ਼ਣ, ਉਹਨਾਂ ਨੇ ਕਿਹਾ ਸ਼ਹੀਦਾਂ ਨੂੰ ਯਾਦ ਕਰਕੇ ਤੁਸੀਂ ਵੋਟ ਪਾਓ। ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਕੇ ਤੁਸੀਂ BJP ਨੂੰ ਵੋਟ ਪਾਓ। ਉਹਨਾਂ ਨੇ ਕਿਹਾ ਕਿ ਜਿਹੜਾ ਉਹ ਫੌਜੀ ਨੇ ਜੋ ਉਹਨਾਂ ਨੇ ਕਾਰਵਾਈ ਕੀਤੀ ਉਹਨੂੰ ਖਿਆਲ ਰੱਖ ਕੇ ਜਿਹੜਾ ਹੈ ਵੋਟ ਪਾਓ। ਹੁਣ ਇਹ ਤਾਂ ਮਰਜ਼ੀ ਹੈ ਲੋਕਾਂ ਦੀ ਕਿ ਉਹ ਸ਼ਹੀਦਾਂ ਨੂੰ ਯਾਦ ਕਰਕੇ BJP ਨੂੰ ਵੋਟ ਪਾਉਂਦੇ ਨੇ ਜਾਂ ਉਹ ਕਾਂਗਰਸ ਨੂੰ ਵੋਟ ਪਾਉਂਦੇ ਨੇ। ਓਕੇ, ਇਹ ਤਾਂ ਲੋਕਾਂ ਦੇ ਉੱਤੇ ਹੈ ਨਾ। ਓਕੇ, ਜੇ ਔਰ ਤੁਸੀਂ ਜਿਹੜੀ ਗੱਲ ਕੀਤੀ ਕਿ ਇਲੈਕਸ਼ਨ ਕਮਿਸ਼ਨ ਨੇ, ਜੇ ਇਲੈਕਸ਼ਨ ਕਮਿਸ਼ਨ ਪ੍ਰਧਾਨ ਮੰਤਰੀ ਦੇ ਬਣੀ ਹੋਈ ਪਿਕਚਰ ਨੂੰ ਬੈਨ ਕਰ ਸਕਦਾ ਹੈ, ਤਾਂ ਜੇ ਇਸ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਕੋਈ ਗਲਤੀ ਕੀਤੀ ਹੈ ਤਾਂ ਉਹ ਵੀ ਦੇਖੀ ਜਾਏਗੀ। ਬਟ ਆਈ ਥਿੰਕ ਜਿੱਦਾਂ ਤੁਸੀਂ ਸਪੀਚ ਸੁਣਾਈ ਹੈ ਉਹਦੇ ਵਿੱਚ ਉਹਨਾਂ ਨੇ ਦਿੱਤੀ ਹੈ, ਮੈਂ ਬਣਾਈ ਨਹੀਂ ਹੈ, ਇਹ ਉਹਨਾਂ ਨੇ ਦਿੱਤੀ ਹੈ, ਮੈਂ ਉਹ ਦਿਖਾਈ ਹੈ।
ਤੁਸੀਂ ਟੂ ਬੀ ਵੈਰੀ ਓਨੈਸਟ ਐਂਡ ਕਲੀਅਰ, ਤੁਸੀਂ ਇਹਨੂੰ ਇੰਨਾ ਜ਼ਿਆਦਾ ਟਵਿਸਟ ਨਾ ਕਰੋ। ਤੁਸੀਂ ਮੈਨੂੰ ਕਹਿ ਰਹੇ ਹੋ ਨਾ ਡੋਨਟ ਟਵਿਸਟ ਦਿਸ, ਤੁਸੀਂ ਅਗਰ ਡਿਫੈਂਡ ਕਰਨਾ ਦੈਟ ਇਜ਼ ਗੁੱਡ ਔਨ ਯੂਅਰ ਪਾਰਟ ਟੂ ਡਿਫੈਂਡ, ਪ੍ਰਧਾਨ ਮੰਤਰੀ ਤੁਸੀਂ ਡਿਫੈਂਡ ਕਰ ਲਓ, ਪ੍ਰਧਾਨ ਮੰਤਰੀ ਸਾਡੇ ਵੀ ਜਿਹਨੇ ਤੁਹਾਡੇ ਆ, ਤੁਸੀਂ ਆਪਣੇ ਇੰਨਾ ਜ਼ਿਆਦਾ ਪਰਸਨਲ ਲੈ ਕੇ ਨਾ ਬੈਠੋ। ਗੱਲ ਇਹ ਹੋ ਰਹੀ ਹੈ ਕਿ ਅਗਰ ਪ੍ਰਧਾਨ ਮੰਤਰੀ ਦੇਸ਼ ਦੇ ਨੌਜਵਾਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਬਾਲਾਕੋਟ ਨੂੰ ਦੇਖ ਕੇ ਵੋਟ ਪਾਓ, ਬਾਲਾਕੋਟ ਦਾ ਜ਼ਿਕਰ ਕੀਤਾ ਪਹਿਲੇ, ਗੱਲ ਇਹ ਹੋ ਰਹੀ ਹੈ ਕੰਬੋਜ ਸਾਹਿਬ, ਕਿਉਂ ਨਾ ਕਰੇ? ਤੁਸੀਂ ਤਾਂ ਖੁਦ ਹੀ ਆਰਮੀ ਵਾਲੇ, ਤੁਸੀਂ ਕਿੱਦਾਂ ਦੀ ਗੱਲ ਕਰ ਰਹੇ? ਮੈਂ ਤਾਂ ਹੈਰਾਨੀ ਹੋ ਰਹੀ ਹੈ ਤੁਹਾਡੇ ਤੋਂ। ਸ਼ਹੀਦਾਂ ਨੂੰ ਯਾਦ ਕਰਕੇ ਵੋਟ ਪਾਓ, ਹੁਣ ਇਹ ਦੱਸੋ ਕਿ ਤੁਸੀਂ ਜਿਹੜੇ ਲੋਕੀ ਬਾਲਾਕੋਟ ਦੇ ਬਾਰੇ ਕੁਐਸਚਨ ਕਰ ਰਹੇ ਨੇ ਕਿ ਬਾਲਾਕੋਟ ਹੋਇਆ ਕਿ ਨਹੀਂ ਹੋਇਆ, ਪਾਕਿਸਤਾਨ ਦੀ ਬੋਲੀ ਬੋਲ ਰਹੇ ਨੇ, ਉਹ ਅੱਜ ਘਬਰਾਹਟ 'ਚ ਨੇ। ਪ੍ਰੋਬਲਮ ਤਾਂ ਸਿਰਫ ਇੰਨੀ ਹੈ, ਠੀਕ ਹੈ, ਹੁਣ ਸੁਣ ਲਓ, ਵਾਟ ਇਜ਼ ਰੋਂਗ ਇਨ ਦੈਟ? ਰਾਈਟ, ਆਈ ਵਿਲ ਕਲੈਰੀਫਾਈ। ਕੰਬੋਜ ਸਾਹਿਬ, ਸਵਾਲ ਪੁੱਛਣਾ ਸਾਡਾ ਅਧਿਕਾਰ ਹੈ, ਅਸੀਂ ਸਵਾਲ ਪੁੱਛ ਰਹੇ ਹਾਂ, ਹੁਣ ਉਹ ਗਲਤ ਹੈ ਸਹੀ ਹੈ ਲੋਕ ਜੱਜ ਕਰ ਲੈਣਗੇ, ਤੁਸੀਂ ਉਹਨੇ ਇਹਨਾਂ ਦੱਸੋ ਕਿ ਸਵਾਲ ਹੀ ਗਲਤ ਹੋ ਗਿਆ, ਪ੍ਰਧਾਨ ਮੰਤਰੀ ਨੇ ਬੋਲਿਆ ਤਾਂ ਸਵਾਲ ਖੜਾ ਹੋਇਆ ਤਾਂ ਹੀ ਅਸੀਂ ਪੁੱਛਿਆ, ਬਾਕੀ ਲੱਕੀ ਜੀ ਜਵਾਬ ਦੇ ਦੇਣਗੇ। ਰਾਈਟ, ਲੱਕੀ ਜੀ, ਜੇ ਤੁਹਾਨੂੰ ਸਵਾਲ ਪੁੱਛਣ ਦਾ ਹੱਕ ਹੈ ਤਾਂ ਤੁਸੀਂ ਆਪਣਾ ਆਨਸਰ ਦੇ ਦਿੱਤਾ, ਯੂ ਆਰ ਡਿਫੈਂਡਿੰਗ, ਬਾਕੀ ਗਰੇਵਾਲ ਸਾਹਿਬ ਆ ਗਏ, ਉਹਨਾਂ ਦੀ ਪਾਰਟੀ ਦਾ ਜਵਾਬ ਦੇ ਦੇਣਗੇ, ਤੁਹਾਨੂੰ ਪੂਰਾ ਟਾਈਮ ਦਿੱਤਾ, ਤੁਸੀਂ ਡਿਫੈਂਡ ਕਰ ਲਿਆ। ਰਾਈਟ, ਸਵਾਲ ਅਸੀਂ ਪੁੱਛ ਲਿਆ, ਲੋਕ ਪੁੱਛਣਾ ਚਾਹੁੰਦੇ ਨੇ, ਅਸੀਂ ਮਾਧਿਅਮ ਹੈ, ਅਸੀਂ ਸਵਾਲ ਪੁੱਛ ਲਿਆ, ਲੋਕਾਂ ਦੇ ਮਨਾਂ 'ਚ ਸਵਾਲ ਹੈਗੇ ਜਿਹੜੇ ਅਸੀਂ ਪੁੱਛ ਲਏ, ਠੀਕ ਹੈ ਨਾ? ਲੱਕੀ ਜੀ, ਸਵਾਲ ਗਲਤ ਹੈ, ਸਾਡਾ ਜਵਾਬ ਆਲਰਾਈਟ, ਇੱਦਾਂ ਗੌਰਵ ਜੀ, ਸੀਡੀ ਸਿੰਘ ਕੰਬੋਜ ਜੀ ਸਾਡੇ ਬੜੇ ਸੀਨੀਅਰ ਆਗੂ ਨੇ, ਬਿਲਕੁਲ, ਪਰ ਮੈਂ ਹੈਰਾਨ ਹੁੰਦਾ ਹਾਂ ਕਿ ਅੱਜ ਜਦ ਮੋਦੀ ਜੀ ਕੋਲ ਕਹਿਣ ਨੂੰ ਕੁਛ ਨਹੀਂ ਹੈ ਤੇ ਉਹ ਦੇਸ਼ ਦੀ ਜਿਹੜੀ ਆਰਮੀ ਹੈ, ਦੇਸ਼ ਦੀ ਜਿਹੜੀ ਫੌਜ ਹੈ, ਉਹਦੇ ਪਿੱਛੇ ਛੁੱਪ ਕੇ ਆਪਣੇ ਬਜਾਏ ਕੰਮਾਂ ਨੂੰ ਗਿਣਾਉਣ ਦੇ, ਕਿ ਪਿਛਲੇ 5 ਸਾਲ ਦਾ ਆਪਣਾ ਲੇਖਾ ਜੋਖਾ ਦੇਣ ਦੇ, ਲੋਕਾਂ ਦੇ ਵਿੱਚ ਜਾ ਕੇ ਇਹ ਦੱਸਣ ਦੇ ਕਿ 2014 ਦੇ ਵਿੱਚ ਜਿਹੜਾ ਉਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ ਸੀ ਔਰ ਉਹਦੇ ਵਿੱਚ ਜਿਹੜੇ ਮੁੱਦੇ ਚੱਕੇ ਸੀ, ਔਰ ਮੈਂ ਉਹ ਮੁੱਦੇ ਯਾਦ ਦਿਲਾਉਣਾ ਚਾਹੁੰਦਾ ਤੁਹਾਨੂੰ। ਪਹਿਲਾ ਮੁੱਦਾ ਸੀ ਕਿ 2,00,000 ਕਰੋੜ ਜਿਹੜਾ ਕਾਲਾ ਧਨ ਵਿਦੇਸ਼ਾਂ 'ਚ ਪਿਆ ਸਵਿਸ ਬੈਂਕਾਂ 'ਚ, ਉਹਨੂੰ ਲੈ ਕੇ ਆਇਆ ਜਾਏਗਾ ਔਰ ਉਹਦੇ ਵਿੱਚੋਂ 15-15 ਲੱਖ ਰੁਪਏ ਹਰ ਦੇਸ਼ਵਾਸੀ ਦੇ ਅਕਾਊਂਟ 'ਚ ਪਾਏ ਜਾਣਗੇ। ਉਹ ਵੱਖਰੀ ਗੱਲ ਹੈ ਕਿ ਬਾਅਦ 'ਚ ਉਹਨਾਂ ਦੇ ਪ੍ਰਧਾਨ ਜਿਹੜੇ ਹੈ ਬੀਜੇਪੀ ਦੇ, ਉਹਨਾਂ ਨੇ ਕਹਿ ਦਿੱਤਾ ਕਿ ਜੀ ਉਹ ਤਾਂ ਜੁਮਲਾ ਸੀਗਾ। ਉਸ ਤੋਂ ਬਾਅਦ 2 ਕਰੋੜ ਨੌਕਰੀਆਂ ਸਲਾਨਾ ਦੀ ਗੱਲ ਸੀ, 10 ਕਰੋੜ ਨੌਕਰੀਆਂ ਉਸ ਹਿਸਾਬ ਨਾਲ 5 ਸਾਲਾਂ ਦੇ ਵਿੱਚ ਨੌਜਵਾਨਾਂ ਨੂੰ ਦੇਣ ਦੀ ਲੋੜ ਸੀ, ਪਰ ਉਹ 10 ਕਰੋੜ ਨੌਕਰੀਆਂ ਦੀ ਗੱਲ ਨਾ ਕਰਕੇ ਅੱਜ ਫੌਜ ਦੀ ਅਚੀਵਮੈਂਟ ਜਿਹੜੀ ਹੈਗੀ ਹੈ, ਮੈਂ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਸਲਿਊਟ ਕਰਦੀ ਹੈ ਫੌਜ ਦੇ ਪਰਾਕ੍ਰਮ ਨੂੰ, ਪਰ ਇਹ ਕਿਸੇ ਨੂੰ ਅਖਤਿਆਰ ਨਹੀਂ। ਜਿਹੜੇ ਇਹਨਾਂ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਯੋਗੀ ਜੀ, ਉਹ ਕਹਿੰਦੇ ਨੇ ਮੋਦੀ ਜੀ ਕੀ ਫੌਜ, ਉਹ ਮੋਦੀ ਜੀ ਦੀ ਫੌਜ ਨਹੀਂ ਹੈ, ਇਸ ਦੇਸ਼ ਦੀ ਫੌਜ ਹੈ, 125 ਕਰੋੜ ਹਿੰਦੁਸਤਾਨੀਆਂ ਦੀ ਫੌਜ ਹੈ। ਔਰ ਮੋਦੀ ਜੀ ਅੱਜ ਜਦ ਕਹਿ ਰਹੇ ਹਾਂ ਕਿ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿਹੜੀ ਪਾਰਟੀ ਨੂੰ ਵੋਟ ਪਾਓ, ਉਹਦਾ ਮਕਸਦ ਕੀ ਹੈ? ਕਦੇ ਫਿਲਮਾਂ ਬਣਵਾ ਰਹੇ ਨੇ, ਕਦੇ ਇੱਦਾਂ ਵੋਟ ਦੀ ਅਪੀਲ ਕਰ ਰਹੇ ਨੇ, ਇਹ ਇਹਨਾਂ ਨੂੰ ਕਰਨ ਦੀ ਲੋੜ ਕਿਉਂ ਪੈ ਰਹੀ ਹੈ? ਕਿਉਂਕਿ 2014 ਤੋਂ ਲੈ ਕੇ 5 ਸਾਲਾਂ ਦੇ ਵਿੱਚ ਟੋਟਲ ਫੇਲੀਅਰ ਰਿਹਾ ਸਰਕਾਰ ਦਾ। ਕਿਸਾਨਾਂ ਨੂੰ ਇਹਨਾਂ ਨੇ ਜਿਹੜਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਕੀਤੀ ਸੀ, ਉਹ ਨਹੀਂ ਕਰ ਪਾਏ। ਨੌਜਵਾਨਾਂ ਨੂੰ ਨੌਕਰੀਆਂ ਦੇਣੀ ਸੀ, ਉਹ ਨਹੀਂ ਕਰ ਪਾਏ। ਕਾਲਾ ਧਨ ਇਹ ਨਹੀਂ ਲਿਆਏ, ਦਾਊਦ ਨੂੰ ਫੜ ਕੇ ਲਿਆਉਣਾ ਸੀ, ਉਹ ਨਹੀਂ ਲੈ ਪਾਏ। ਹੋਰ ਇਹਨਾਂ ਨੇ ਵੱਡੇ ਵੱਡੇ ਨਹੀਂ, ਜਦ ਇੰਨਾ ਕੁਛ ਨਹੀਂ ਕਰ ਪਾਏ ਲੱਕੀ ਜੀ, ਜੇ ਇੰਨਾ ਕੁਛ ਨਹੀਂ ਕਰ ਪਾਏ ਤੇ ਹੁਣ ਜਦੋਂ ਉਹਨਾਂ ਨੇ ਕਿਹਾ ਕਿ ਬਾਲਾਕੋਟ ਨੂੰ ਵੇਖ ਕੇ ਵੋਟ ਪਾਉਣਾ ਤੇ ਸਵਾਲ ਖੜਾ ਹੁੰਦਾ ਹੈ ਤੇ ਪੁੱਛਣਾ ਲਾਜ਼ਮੀ ਹੈ ਕਿ ਨਹੀਂ, ਕਿ ਇਹ ਗਲਤ ਹੈ? ਨਹੀਂ, ਮੈਂ ਉਹੀ ਤੁਹਾਨੂੰ ਕਹਿ ਰਿਹਾ, ਤੁਸੀਂ ਬਿਲਕੁਲ ਸਹੀ ਸਵਾਲ ਕੀਤਾ ਹੈ।
ਹੁਣ ਮੈਂ ਤੁਹਾਡੀ ਜਿਹੜੀ ਮੋਦੀ ਜੀ ਤੁਸੀਂ ਇੱਥੇ ਕਲਿਪਿੰਗ ਦਿਖਾ ਰਹੇ ਸੀ ਜੀ ਮੋਦੀ ਜੀ ਜਿਸ ਸਵਾਲ ਜਿਸ 'ਚ ਲੋਕਾਂ ਨੂੰ ਅਪੀਲ ਕਰ ਰਹੇ ਸੀਗੇ ਪੁਲਵਾਮਾ ਦੇ ਨਾਮ 'ਤੇ ਸ਼ਹੀਦਾਂ ਨੂੰ ਵੋਟ ਕਰੋ, ਅਰੇ ਤੁਹਾਡਾ ਐਡਾ ਵੱਡਾ ਇੰਟੈਲੀਜੈਂਸ ਦਾ ਫੇਲੀਅਰ ਰਿਹਾ, ਸਾਡੇ 44 ਜਵਾਨ ਜਿਹੜੇ CRP ਦੇ ਉਹ ਸ਼ਹੀਦ ਹੋ ਗਏ ਔਰ ਤੁਸੀਂ ਉਹਨਾਂ ਦੇ ਨਾਮ 'ਤੇ ਵੋਟ ਮੰਗ ਰਹੇ ਹੋ ਪਰ ਉਹਨਾਂ ਨੂੰ ਸ਼ਹੀਦ ਦਾ ਦਰਜਾ ਤਾਂ ਤੁਸੀਂ ਦਿੰਦੇ ਨਹੀਂ। ਤੁਹਾਡੀ ਸਰਕਾਰ ਨੇ ਆਮ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈ ਉਹਨਾਂ ਨੂੰ ਸ਼ਹੀਦ ਦਾ ਦਰਜਾ ਤਾਂ ਦਿੱਤਾ ਨਹੀਂ, ਪਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਨਾਮ 'ਤੇ ਤੁਸੀਂ ਵੋਟ ਮੰਗ ਰਹੇ ਹੋ। ਹਾਂ, ਰਾਈਟ ਰਾਈਟ ਰਾਈਟ, ਬੜੀ ਹੈਰਾਨੀ ਦੀ ਗੱਲ ਹੈ। ਔਰ ਇਹ ਰਾਹੁਲ ਗਾਂਧੀ ਜੀ ਨੇ ਸਵਾਲ ਚੱਕਿਆ ਕਿ ਇਹ ਪੈਰਾਮਿਲਟਰੀ ਫੋਰਸਿਸ ਦੇ ਜਵਾਨ ਹੈ ਜਿਹੜੇ ਸ਼ਹੀਦ ਹੋਏ ਹੈ ਉਹਨਾਂ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ। ਇਹ ਬੜੀ ਦੋਗਲੀ ਸਿਆਸਤ ਦੇਖਣ ਨੂੰ ਮਿਲ ਰਹੀ ਹੈ ਔਰ ਇਹ ਸਾਰੀ ਨਿਸ਼ਾਨੀ ਹੈ ਕਿ ਮੋਦੀ ਜੀ ਘਬਰਾ ਗਏ ਨੇ, ਉਹਨਾਂ ਨੂੰ ਆਪਣੀ ਹਾਰ ਸਾਹਮਣੇ ਨਜ਼ਰ ਆ ਰਹੀ ਹੈ, ਉਹਨਾਂ ਨੂੰ ਨਜ਼ਰ ਆ ਰਿਹਾ ਕਿ ਜਨਤਾ 2019 ਦੇ ਵਿੱਚ ਉਹਨਾਂ ਨੂੰ ਵੋਟ ਨਹੀਂ ਦੇਗੀ, ਇਸ ਕਰਕੇ ਹੁਣ ਸਾਹਮਣੇ ਆ ਰਹੇ ਹੈ ਔਰ ਪੋਲਰਾਈਜੇਸ਼ਨ ਦੀ ਕੋਸ਼ਿਸ਼ ਹੈ। ਰਾਈਟ, ਹਾਂਜੀ ਸੰਧੂ ਸਾਹਿਬ, ਸੰਧੂ ਸਾਹਿਬ ਇਹ ਜਿਹੜਾ ਆਪਾਂ ਮੁੱਦਾ ਚੁੱਕਿਆ ਕਿ ਇਹ ਗੈਰ ਵਾਜਿਬ ਹੈ ਕਿ ਬਾਲਾਕੋਟ ਨੂੰ ਵੇਖ ਕੇ ਅੱਜ ਸਾਡੇ ਇਹਨਾਂ ਦੇ ਨੌਜਵਾਨ ਹੈਗੇ ਆ ਫਸਟ ਟਾਈਮ ਵੋਟਰਸ, ਆਈ ਸਪੈਸੀਫਿਕਲੀ ਮੈਂਸ਼ਨ ਦਿਸ ਪੁਆਇੰਟ, ਫਸਟ ਟਾਈਮ ਵੋਟਰਸ ਨੂੰ ਅਪੀਲ ਕੀਤੀ ਹੈ ਜਿਹੜੇ ਸਾਡੇ ਯੰਗ ਮਾਈਂਡਸ ਹੈਗੇ ਆ ਕਿ ਸਿਰਫ ਉਹ ਬਾਕੀ ਚੀਜ਼ਾਂ ਨਾ ਦੇਖਣ, ਸਿਰਫ ਉਹ ਬਾਲਾਕੋਟ ਨੂੰ ਵੇਖਣ, ਆਖਿਰ ਕੀ ਇਹ ਜਾਇਜ਼ ਹੈ? ਦਿਸ ਇਜ਼ ਦਾ ਕੁਐਸਚਨ ਵੀ ਆਰ ਆਸਕਿੰਗ। ਦੇਖੋ, ਇਹ ਆਪਣਾ ਕੁਐਸਚਨ ਪੁੱਛਣਾ ਬੜਾ ਹੀ ਜਾਇਜ਼ ਹੈ ਅਤੇ ਬੜਾ ਹੀ ਇਹ ਸਹੀ ਟਾਈਮ ਹੈ ਕੁਐਸਚਨ ਪੁੱਛਣ ਦਾ, ਕਿਉਂਕਿ ਇਹ ਇੱਕ ਇਕੱਲੀ ਕੈਰੀ ਘਟਨਾ ਨਹੀਂ ਗੀ। ਜਦੋਂ ਸਾਕਸ਼ੀ ਮਹਾਰਾਜ ਇਹ ਕਹਿੰਦੇ ਆ ਕਿ 2019 ਦੇ ਵਿੱਚ ਇੱਕ ਵਾਰੀ ਤੁਸੀਂ ਪ੍ਰਧਾਨ ਮੰਤਰੀ ਬਣਾ ਦਿਓ ਦੁਬਾਰਾ ਵੋਟਾਂ ਨਹੀਂ ਪੈਣਗੀਆਂ, ਜਦੋਂ ਪ੍ਰਧਾਨ ਮੰਤਰੀ ਜੀ ਦੀ ਕੁਰਸੀ 'ਤੇ ਬੈਠਾ ਹੋਇਆ ਇੱਕ ਸ਼ਖਸ ਜਿਹਦਾ ਸਿਰਫ ਇੱਕ ਪਾਰਟੀ ਦਾ ਲੀਡਰ ਨਹੀਂ ਹੈ ਮੋਦੀ ਜੀ, ਮੋਦੀ ਜੀ ਹਿੰਦੁਸਤਾਨ ਦੇ ਕੌਨਸਟੀਟਿਊਸ਼ਨਲ ਹੈੱਡ ਵੀ ਹੈ, ਰਾਈਟ, ਅਤੇ ਉਹ ਇਨਸਾਨ ਜਦੋਂ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਨ ਦੀ ਬਜਾਏ ਉਹਨਾਂ ਦੀ ਬੜੀ ਜ਼ਿੰਮੇਵਾਰੀ ਵਾਲੀ ਪੋਸਟ ਹੈ, ਉਹਨਾਂ ਨੂੰ ਜ਼ਿੰਮੇਵਾਰੀ ਨਾਲ ਇੱਕ ਇੱਕ ਸ਼ਬਦ ਮੂੰਹੋਂ ਕੱਢਣਾ ਚਾਹੀਦਾ, ਅਤੇ ਜਦੋਂ ਉਹੀ ਰੂਲ ਤੋੜਨ ਲੱਗ ਜਾਣਗੇ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਣਗੇ, ਤਾਂ ਆਪਾਂ ਕਿਹਦੇ ਤੋਂ ਆਸ ਰੱਖਾਂਗੇ ਕਿ ਇਲੈਕਸ਼ਨ ਕਮਿਸ਼ਨ ਦੀ ਜਾਂ ਕਾਨੂੰਨ ਦੇਸ਼ ਦੇ ਕਾਨੂੰਨ ਦਾ ਜਿਹੜਾ ਕੋਈ ਪਾਲਣ ਕਰੇ। ਇਸ ਦੇ ਵਿੱਚ ਇਹਨੂੰ ਆਪਾਂ ਇੱਕ ਕੰਪ੍ਰਹੈਸਿਵ ਦੇਖਦੇ ਹਾਂ, ਜਿਹੜਾ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਕ ਨੂੰ ਚਲਾਉਣ ਵਾਸਤੇ ਕਿਹੋ ਜਿਹੀ ਵਿਚਾਰਧਾਰਾ ਅੱਗੇ ਲਿਆਂਦੀ ਜਾਵੇ। ਜਿਹੜਾ ਜਦੋਂ ਪੁਲਵਾਮਾ ਅਤੇ ਬਾਲਾਕੋਟ ਦੀ ਗੱਲ ਹੁੰਦੀ ਹੈ ਤਾਂ ਮੈਂ ਸਮਝਦਾ ਕਿ ਪੁਲਵਾਮਾ ਮੱਚ ਇੰਪੋਰਟੈਂਟ ਹੈ ਬਾਲਾਕੋਟ ਦੀ ਬਜਾਏ, ਕਿਉਂਕਿ ਪੁਲਵਾਮਾ ਐਡਾ ਤਕੜਾ ਫੇਲੀਅਰ ਸੀਗਾ ਇੰਟੈਲੀਜੈਂਸ ਦਾ ਕਿ ਉਹਦਾ ਨਤੀਜਾ ਕੁਛ ਵੀ ਨਿਕਲ ਸਕਦਾ ਸੀ। ਬਾਲਾਕੋਟ 'ਤੇ ਤੁਸੀਂ ਏਅਰ ਸਟ੍ਰਾਈਕ ਕਰ ਲਈ, ਠੀਕ ਹੈ, ਪਰਮਾਤਮਾ ਦਾ ਸ਼ੁਕਰ ਹੈ ਕਿ ਜਿਹੜਾ ਇਹ ਮਸਲਾ ਹੈਗਾ ਇਹ ਅੱਗੇ ਨਹੀਂ ਵਧਿਆ, ਲੇਕਿਨ ਜੇ ਮਸਲਾ ਅੱਗੇ ਵੱਧਦਾ ਤਾਂ ਉਹਦੀ ਜੜ 'ਚ ਕੀ ਸੀ? ਪੁਲਵਾਮਾ ਦਾ ਫੇਲੀਅਰ, ਰਾਈਟ। ਅਤੇ ਜਿਹੜੀ ਜੰਗ ਹੁੰਦੀ ਹੈ, ਜੰਗ ਕਿਸੇ ਵੀ ਖਿੱਤੇ ਵਾਸਤੇ ਚੰਗੀ ਨਹੀਂ ਹੁੰਦੀ। ਜੰਗ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀਂ ਜਿਹੜਾ ਡਿਪਲੋਮੈਟਿਕ ਮੇਜਰ ਵਰਤੋ ਅਤੇ ਇੰਟੈਲੀਜੈਂਸ ਨੂੰ ਆਪਦੇ ਨੂੰ ਤਕੜਾ ਕਰੋ। ਉਹ ਤਾਂ ਤੁਸੀਂ ਕਰ ਨਹੀਂ ਸਕੇ, ਉਸ ਵੇਲੇ ਤਾਂ ਤੁਸੀਂ ਜਿਮ ਕਾਰਬੇਟ ਦੇ ਵਿੱਚ ਫੋਟੋ ਖਿਚਾ ਰਹੇ ਹੋ। ਇਸ ਤੋਂ ਵੀ ਵੱਡੀ ਗੱਲ ਤੁਸੀਂ ਇਹ ਦੇਖੋ ਕਿ ਮੈਂ ਤੁਹਾਨੂੰ ਪਿੱਛੇ ਲਿਜਾਣਾ ਚਾਹੂੰਗਾ, ਅੱਜ ਤੋਂ 10-15 ਸਾਲ ਤੋਂ ਇੱਕ ਵੀਡੀਓਜ਼ ਚੱਲ ਰਹੀਆਂ ਜਿਹਦੇ 'ਚ ਵਿਸ਼ਵ ਹਿੰਦੂ ਜਿਹੜੇ ਕਿ ਇੱਕ ਇਹਨਾਂ ਦਾ ਸਹਿਯੋਗੀ ਸੰਗਠਨ ਹੈ, ਉਹਦੀ ਵੀਡੀਓ ਆਪਾਂ ਦੇਖੀ ਆ ਸਾਰਿਆਂ ਨੇ ਹੀ, ਜਿਹਦੇ 'ਚ ਸ਼ਪਥ ਚੁਕਾਈ ਜਾ ਰਹੀ ਆਪਦੇ ਕਾਰਿਆਕਰਤਾ ਨੂੰ ਕਿ ਆਪਾਂ ਇਹਨੂੰ ਹਿੰਦੂ ਰਿਪਬਲਿਕ ਆਫ ਇੰਡੀਆ ਬਣਾਉਣਾ, ਜੋ ਸਾਕਸ਼ੀ ਮਹਾਰਾਜ ਕਹਿੰਦੇ ਆ ਵੋਟਾਂ ਪਾਉਣ ਦੀ ਲੋੜ ਨਹੀਂ ਪੈਣੀ। ਗਰੇਵਾਲ ਸਾਹਿਬ ਵੀ ਆ ਗਏ ਨੇ, ਸੰਗੜਾ ਸਾਹਿਬ ਵੀ ਆ ਗਏ, ਠੀਕ ਹੈ, ਗੱਲ ਠੀਕ ਹੈ ਤੁਹਾਡੀ। ਇਹ ਕਹਿੰਦੇ ਫਿਰ ਮੋਦੀ ਜੀ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਬਾਲਾਕੋਟ ਨੂੰ ਵੇਖ ਕੇ ਵੋਟ ਪਾਓ ਤਾਂ ਮੌਤ ਹੀ ਸਿਰਜਿਆ ਜਾ ਰਿਹਾ, ਰਾਈਟ, ਕੀ ਇਹ ਗਰੇਵਾਲ ਸਾਹਿਬ ਡੈਮੋਕ੍ਰੇਸੀ ਚੋਂ ਕੱਢ ਕੇ ਸਹੀ ਗੱਲ ਅਧਿਨਾਇਕਵਾਦ ਵਾਲੇ ਪਾਸੇ ਲਿਜਾਇਆ ਜਾ ਰਿਹਾ, ਠੀਕ ਹੈ। ਗਰੇਵਾਲ ਸਾਹਿਬ ਤੁਸੀਂ ਥੋੜਾ ਲੇਟ ਆਏ, ਪਹਿਲੇ ਆਪਾਂ ਮੈਂ ਸੋਚ ਰਿਹਾ ਸੀਗਾ ਕਿ ਕੰਬੋਜ ਸਾਹਿਬ ਨੇ ਬੜਾ ਸਵਾਲ ਚੁੱਕਿਆ, ਸਵਾਲ ਦੇ ਉੱਪਰ ਸਵਾਲ ਚੁੱਕਿਆ, ਪਹਿਲੇ ਆਪਾਂ ਮੋਦੀ ਜੀ ਨੂੰ ਦੁਬਾਰਾ ਸੁਣ ਲਈਏ।
ਫਿਰ ਤੁਹਾਡੇ ਸਵਾਲ ਪੁੱਛਾਂਗਾ। ਸੁਣਾ ਦੇ, ਬਿਲਕੁਲ ਸੁਣਾਓ। ਜੋ ਆਪਕੇ ਜੀਵਨ ਕੀ ਇਤਿਹਾਸਿਕ ਘੜੀ ਹੈ, ਆਪਕੇ ਜੀਵਨ ਪਰ ਯਾਦ ਰਹੇਗਾ ਕਿ ਪਹਿਲਾ ਵੋਟ ਕਬ ਡਾਲਾ, ਕਹਾਂ ਡਾਲਾ, ਕੌਨ ਸਾ ਚੁਣਾਵ ਥਾ, ਕਿਸ ਕੋ ਡਾਲਾ, ਇਹ ਜੀਵਨ ਪਰ ਯਾਦ ਰਹਿਣੇ ਵਾਲਾ ਹੈ। ਹਰ ਕਿਸੀ ਕੋ ਪਹਿਲੀ ਘਟਨਾ ਯਾਦ ਰਹਿਤੀ ਹੈ। ਮੈਂ ਜਰਾ ਕਹਿਣਾ ਚਾਹਤਾ ਹੂੰ ਮੇਰੇ ਫਸਟ ਟਾਈਮ ਵੋਟਰੋ ਕੋ, ਕਿਆ ਆਪਕਾ ਪਹਿਲਾ ਵੋਟ ਪਾਕਿਸਤਾਨ ਕੇ ਬਾਲਾਕੋਟ ਮੈਂ ਏਅਰ ਸਟ੍ਰਾਈਕ ਕਰਨੇ ਵਾਲੇ ਵੀਰ ਜਵਾਨੋ ਕੇ ਨਾਮ ਸਮਰਪਿਤ ਹੋ ਸਕਤਾ ਹੈ ਕਿਆ? ਸੋ ਮੋਦੀ ਜੀ ਨੂੰ ਤੁਸੀਂ ਸੁਣਿਆ, ਕਰਨਲ ਕੰਬੋਜ ਸਾਹਿਬ ਨੇ ਵੀ ਚੰਗੀ ਤਰ੍ਹਾਂ ਸੁਣਿਆ। ਪਹਿਲੇ ਮੈਂ ਸਵਾਲ ਬਾਅਦ ਚ ਪੁੱਛ ਲਾਂਗਾ, ਤੁਹਾਨੂੰ ਕੀ ਲੱਗਦਾ ਹੈ, ਠੀਕ ਸੀਗਾ ਗਰੇਵਾਲ ਸਾਹਿਬ? ਬਿਲਕੁਲ ਠੀਕ ਸੀ, ਠੀਕ ਸੀਗਾ। ਤੁਸੀਂ ਮੰਗੀ 5 ਸਾਲ ਚ ਕੋਈ ਹੋਰ ਕੰਮ ਨਹੀਂ ਕੀਤਾ, ਕੱਲਾ ਹੀ ਕੰਮ ਕੀਤਾ ਸੀਗਾ, ਪਾਕਿਸਤਾਨ ਚ ਜਹਾਜ਼ ਭੇਜੇ ਸੀ ਚਾਰ। ਇਹ ਅਸੀਂ ਬੀਜੇਪੀ ਲਈ ਵੋਟ ਨਹੀਂ ਮੰਗੇ ਜਾਂ ਇੰਡੀਆ ਲਈ ਨਹੀਂ ਮੰਗੇ, ਇੱਕ ਸੁਣ ਲਓ ਧਿਆਨ ਨਾਲ। ਮੋਦੀ ਜੀ ਨੇ ਇਹ ਕਿਹਾ, ਇਹ ਮੇਰੀ ਗੱਲ ਸੁਣ ਲਓ ਧਿਆਨ ਨਾਲ, ਦੱਸੋ ਦੱਸੋ। ਮੋਦੀ ਜੀ ਨੇ ਇਹ ਕਿਹਾ ਕਿ ਜਿਹੜੇ ਫਸਟ ਟਾਈਮ ਵੋਟਰ ਨੇ ਵੋਟ ਜ਼ਰੂਰ ਕਰੋ, ਸਾਰੇ ਸ਼ਹੀਦਾਂ ਨੂੰ ਯਾਦ ਕਰਕੇ ਕਰੋ। ਉਹਦਾ ਇਹ ਮਤਲਬ ਨਹੀਂ ਕਿਸ ਪਾਰਟੀ ਨੂੰ ਦਿਓ, ਕਿਸ ਵਾਸਤੇ ਵੋਟ ਦਿਓ। ਇਹਦੇ ਨਾਲ ਡੈਮੋਕ੍ਰੇਸੀ ਸਟਰੈਂਥਨ ਹੁੰਦੀ ਆ, ਅਗਰ ਸਾਰੇ ਲੋਕ ਵੋਟ ਕਰਨ ਜਾਂਦੇ ਆ। ਉਹਦਾ ਸਿੱਧਾ ਮਤਲਬ ਇਹ ਆ, ਉਹਨਾਂ ਨੇ ਕਮਲ ਦੇ ਨਿਸ਼ਾਨ ਦੀ ਜਾਂ ਕਿਸੇ ਹੋਰ ਨਿਸ਼ਾਨ ਦੀ ਗੱਲ ਨਹੀਂ ਕੀਤੀ ਹੈ। ਓਕੇ, ਤੇ ਇਸ ਕਰਕੇ ਉਹ ਪ੍ਰਧਾਨ ਮੰਤਰੀ ਦੀ ਹਰ ਗੱਲ ਨੂੰ ਇੱਦਾਂ ਨਾਲ ਲਿਆ ਜਾਵੇ, ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਦੁਨੀਆ ਦੇ ਮਹਾਨ ਲੀਡਰ ਨੇ ਇਸ ਵੇਲੇ। ਠੀਕ ਹੈ, ਸਾਰੀ ਦੁਨੀਆ ਸਲਿਊਟ ਕਰਦੀ ਹੈ ਉਹਨਾਂ ਨੂੰ। ਠੀਕ ਹੈ, ਔਰ ਦੂਜੇ ਪਾਸੇ ਜਿਹੜੀ ਆ ਕਾਂਗਰਸ ਵਾਲੇ ਵੀਰ ਜਿਹੜੇ ਗੱਲ ਕਰਦੇ ਨੇ ਕਿ 15-15 ਲੱਖ ਇਸ ਦੇਸ਼ ਦੇ ਅੰਦਰ 40 ਕਰੋੜ ਲੋਕ ਜਿਹੜੇ ਆ ਉਹ ਬਿਨਾਂ ਮਕਾਨ ਤੋਂ ਨੇ, ਸਿਰ ਤੇ ਛੱਤ ਨਹੀਂ ਹੈ, ਉਹਨਾਂ ਨੂੰ 2022 ਤੱਕ ਮਕਾਨ ਬਣਾ ਕੇ ਦੇਣੇ। ਅਸੀਂ 8 ਕਰੋੜ ਲੋਕਾਂ ਨੂੰ ਮਕਾਨ ਦੇ ਵੀ ਦਿੱਤੇ, ਗੱਲਾਂ ਨਹੀਂ ਕਰਦੇ। ਤੇ ਉਹ 15-15 ਲੱਖ ਦੇ ਬਣਦੇ ਆ ਜਾਂ ਕਿੰਨੇ ਦੇ ਬਣਦੇ ਆ, ਠੀਕ ਹੈ, ਇਹ ਸਮਝ ਲੈਣਾ ਚਾਹੀਦਾ। ਠੀਕ ਹੈ, ਇਹ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਇਹ ਲੋਕ। ਠੀਕ ਹੈ, ਔਰ ਮਜ਼ਦੂਰਾਂ ਨੂੰ ਪੈਨਸ਼ਨ। ਗਰੇਵਾਲ ਸਾਹਿਬ, ਠੀਕ ਹੈ, ਆਪਾਂ ਮੁੱਦੇ ਤੇ ਆ ਜਾਓ। ਤੁਸੀਂ ਕਿਹਾ ਦੁਨੀਆ ਨੂੰ ਸਲਾਮ ਕਰਦੀ ਹੈ, ਮੈਂ ਵੀ ਸਲਾਮ ਕਰਦਾ, ਤੁਹਾਡੇ ਸਾਹਮਣੇ ਸਲਾਮ ਕੀਤਾ, 2 ਵਾਰ ਕਰਤਾ। ਸਲਾਮ ਕਰਨ ਤੋਂ ਬਾਅਦ ਕਹਿਣਾ, ਤੁਸੀਂ ਕਿਹਾ ਕਿ ਸ਼ਹੀਦਾਂ ਦੇ ਨਾਂ ਦੀ ਗੱਲ ਕੀਤੀ ਉਹਨਾਂ ਨੇ, ਤੁਹਾਨੂੰ ਮੈਂ ਸੁਣਾਇਆ ਵੀ ਉਹਨਾਂ ਨੇ ਕਿਹਾ ਮੈਂ ਬਾਲਾਕੋਟ ਦੀ ਗੱਲ ਕਰਦਾ, ਵੀਰ ਸੈਨਿਕ ਜਿਹੜੇ ਗਏ ਸੀਗੇ ਬਾਲਾਕੋਟ, ਗੱਲ ਉਸਦੀ ਹੋ ਰਹੀ ਹੈ, ਉਸਨੂੰ ਵੇਖ ਕੇ ਪਾਈਏ, ਪੁਲਵਾਮਾ ਭੁੱਲ ਜਾਈਏ। ਮੇਰਾ ਸਵਾਲ ਸਿੰਪਲ ਤੇ ਬੜਾ ਸਪਸ਼ਟ ਹੈ ਕਿ 5 ਸਾਲ ਚ ਕੋਈ ਹੋਰ ਕੰਮ ਕੀਤਾ ਨਹੀਂ ਕਿ ਹੁਣ ਸਿਰਫ ਬਾਲਾਕੋਟ ਹੀ ਯਾਦ ਰੱਖੀਏ? ਬਸ ਆਹ ਕੰਮ ਤੁਹਾਨੂੰ ਦੱਸ ਰਿਹਾ, ਗਰੀਬਾਂ ਨੂੰ ਮਕਾਨ ਦੇਣ ਦੇ, ਤੇ ਹੋਰ ਕੰਮ ਵੀ ਦੱਸ ਦੇਣਾ। 18,000 ਪਿੰਡਾਂ ਚ ਬਿਜਲੀ ਪਹੁੰਚਾਈ ਆ ਜਿੱਥੇ ਬਿਜਲੀ ਨਹੀਂ ਸੀ, ਹੁਣ ਜਿੰਨੇ ਘਰ ਬਾਕੀ ਰਹਿ ਗਏ ਉਹਨਾਂ ਚ ਵੀ ਬਿਜਲੀ ਪਹੁੰਚਾਉਣੀ ਆ। ਇਹ ਸਾਰੇ ਕੰਮ ਨੇ ਆ, ਹਾਈਵੇਜ ਜਿਹੜੇ ਬਣਾਏ ਆ ਔਰ 60,000 ਕਿਲੋਮੀਟਰ ਹੋਰ ਬਣਾਉਣੇ ਆ, ਇਹਨਾਂ ਦੀ ਚੌੜਾਈ ਡਬਲ ਕਰਨੀ ਆ, ਇਹ ਸਾਰੇ ਕੰਮ ਨੇ ਦੇਸ਼ ਦੇ, ਦੇਸ਼ ਦਾ ਇਨਫਰਾਸਟ੍ਰਕਚਰ ਸਟਰੈਂਥਨ ਹੋ ਰਿਹਾ ਇਹਦੇ ਨਾਲ। ਫਿਰ ਤੁਹਾਡੀ ਪ੍ਰਾਇੋਰਟੀ ਆ ਹੋਣੀ ਚਾਹੀਦੀ ਸੀਗੀ, ਫਿਰ ਪਾਕਿਸਤਾਨ ਦੇ ਬਾਲਾਕੋਟ ਪ੍ਰਾਇੋਰਟੀ ਕਿਵੇਂ ਹੋ ਗਈ? ਇੰਨੇ ਚੰਗੇ ਕੰਮ ਕੀਤੇ ਸੀ, ਆ ਸਵਾਲ ਪੁੱਛ ਰਿਹਾ। ਗੌਰਵ ਜੀ, ਗਲਤ ਪਾਸੇ ਗਲਤ ਇਸ਼ਾਰਾ ਦਿਓ ਪ੍ਰਧਾਨ ਮੰਤਰੀ ਦੇ ਬਿਆਨ ਨੂੰ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਜੋ ਵੋਟਰ ਬਣੇ ਸਾਰੇ ਹੀ ਵੋਟ ਜ਼ਰੂਰ ਕਰਨ ਜਾਓ, ਸ਼ਹੀਦਾਂ ਨੂੰ ਯਾਦ ਕਰਕੇ ਜਾਓ। ਓਕੇ, ਇਹ ਮਤਲਬ ਨਹੀਂ ਕਿਸ ਪਾਰਟੀ। ਠੀਕ ਹੈ, ਤੁਹਾਡੀ ਗੱਲ ਮੈਂ ਸਮਝ ਗਿਆ। ਜਿਹੜੇ ਨੌਜਵਾਨ ਬੱਚੇ ਸਾਡੇ ਹੁਣੇ 18 ਸਾਲ ਦੇ ਹੋਏ ਹੈ, ਦੇਸ਼ ਦੇ, ਉਹਨਾਂ ਨੇ ਹਾਲੇ ਸੁਰਤ ਸੰਭਾਲੀ ਹੈ, ਉਹ ਸਿਰਫ ਬਾਲਾਕੋਟ ਨੂੰ ਵੇਖ ਕੇ ਹੀ ਵੋਟ ਪਾਉਣ ਜਾਣ, ਬਾਕੀ 5 ਸਾਲ 'ਚ ਉਹਨਾਂ ਨੇ ਪਿੱਛੇ ਜਦੋਂ ਵੀ 12-13 ਸਾਲ ਦੇ ਹੋਣਗੇ ਉਦੋਂ ਤੋਂ ਲੈ ਕੇ 5 ਸਾਲ ਤੁਹਾਡੇ ਦੇਖੇ, ਉਹ ਭੁੱਲ ਜਾਣ, ਉਹਨਾਂ ਨੂੰ ਪਤਾ ਨਹੀਂ ਚੱਲਿਆ ਹੋਣਾ, ਸਿਰਫ ਆਹ ਜਿਹੜਾ ਯਾਦ ਹੈ ਜਿਹੜਾ ਹੁਣੇ ਹੁਣੇ ਦੇਖਿਆ ਉਹਨੂੰ ਦੇਖ ਕੇ ਪਾਉਣ। ਸੰਗੇੜਾ ਸਾਹਿਬ, ਤੁਹਾਡਾ ਪੁਆਇੰਟ?
ਮੋਦੀ ਸਾਹਿਬ ਨੇ ਭਾਵੇਂ ਨਵੇਂ ਵੋਟਰਸ ਨੂੰ ਕਿਹਾ ਆ, ਪਰ ਉਹ ਸਮੁੱਚੇ ਵੋਟਰਸ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਆ, ਉਹਦਾ ਸਪਸ਼ਟ ਕਾਰਨ ਹੈ। ਜੇ ਜਿਹੜਾ ਜੋ ਕੁਛ ਤੁਸੀਂ ਗਰੇਵਾਲ ਸਾਹਿਬ ਦੇ ਮੂੰਹੋਂ ਕਹਾਉਣਾ ਚਾਹੁੰਦੇ ਉਹ ਥੋੜ੍ਹਾ ਕਹਿ ਸਕਦੇ ਹੋ, ਤਾਂ ਆਪਣੀ ਪਾਰਟੀ ਨੂੰ ਡਿਫੈਂਡ ਕਰਨਗੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਵੀ ਉਹਨਾਂ ਦੀ ਭਾਈਵਾਲ ਪਾਰਟੀ ਆ, ਉਹ ਵੀ ਉਹਨਾਂ ਨੂੰ ਡਿਫੈਂਡ ਕਰਨਗੇ। ਸੋ ਅਸਲੀਅਤ ਤਾਂ ਕਲੀਅਰ ਕੱਟ ਆ। ਇੱਕ ਜਿਹੜੇ ਸੰਵਿਧਾਨਕ ਸੰਸਥਾਵਾਂ ਨੇ ਉਹਨਾਂ ਨੇ ਵੀ ਕਿਹਾ ਵੀ ਫੌਜ ਦੇ ਨਾਂ ਤੇ ਵੋਟ ਨਹੀਂ ਮੰਗਣੀ। ਇਹ ਤਾਂ ਕਾਮਨ ਸੈਂਸ ਦੀ ਗੱਲ ਹੈ ਕਿ ਜੋ ਇੰਡੀਅਨ ਆਰਮੀ ਹੈ ਉਹ ਇੰਡੀਆ ਦੀ ਆਰਮੀ ਹੈ, ਨਾ ਕਿ ਭਾਰਤੀ ਜਨਤਾ ਪਾਰਟੀ ਦੀ ਆਰਮੀ ਹੈ। ਸਾਰੀਆਂ ਪਾਰਟੀਆਂ ਰਾਸ਼ਟਰਵਾਦੀ ਹੈ, ਹਾਂਜੀ। ਸਾਡੇ ਰਾਸ਼ਟਰੀ ਕਨਵੀਨਰ ਵੀ ਅਰਵਿੰਦ ਕੇਜਰੀਵਾਲ ਸਾਹਿਬ ਹਮੇਸ਼ਾ ਹੀ ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਵੀ ਭਾਰਤ ਮਾਤਾ ਕੀ ਜੈ ਕਹਿੰਦੇ ਆ, ਬਾਅਦ ਵਿੱਚ ਵੀ ਭਾਰਤ ਮਾਤਾ ਕੀ ਜੈ ਕਹਿੰਦੇ। ਸੋ ਇਹ ਤਾਂ ਏਜੰਡਾ ਹੀ ਨਹੀਂ ਹੈ। ਸ਼ੱਕ ਲੱਗਦਾ ਤੁਸੀਂ ਸ਼ਾਇਦ ਨਕਲੀ ਨਾ ਕਹਿੰਦੇ ਹੋ, ਦਿਲੋਂ ਨਾ ਕਹਿੰਦੇ ਹੋ, ਤਾਂ ਕਰਕੇ ਇਹਨਾਂ ਦਾ ਸ਼ਾਇਦ ਸੱਚਾ ਹੋਵੇ ਗੱਲ ਹੋ ਰਹੀ ਹੈ। ਨਹੀਂ ਨਹੀਂ, ਇਹਨਾਂ ਦਾ ਦਿਲ ਕਿਹਨੇ ਦੇਖਿਆ? ਇਹਨਾਂ ਨੇ ਕੀਤਾ ਕੀ ਆ ਹੁਣ ਤੱਕ? ਫੌਜ ਦੇ ਨਾਂ ਤੇ ਵੋਟ ਅਸੀਂ ਕੁਝ ਨਹੀਂ ਕੀਤਾ, ਇਹਨਾਂ ਨੇ ਕਰਤਾ। ਅਨਐਥੀਕਲ ਤੁਸੀਂ ਦੇਖੋ, ਇਹ ਮੈਂ ਇਹ ਨਹੀਂ ਕਹਿੰਦਾ, ਭਾਰਤੀ ਜਨਤਾ ਪਾਰਟੀ ਨੇ ਦੋ ਵੱਡੇ ਕੰਮ ਕੀਤੇ ਆ, ਪਰ ਉਹ ਵੱਡੇ ਕੰਮਾਂ ਦਾ ਜ਼ਿਕਰ ਹੀ ਕਰਨ ਹਟ ਗਿਆ, ਏਜੰਡੇ ਹੋਰ ਲੈ ਕੇ ਬੈਠ ਗਿਆ। ਕਿਹੜੇ ਦੋ ਕੰਮ? ਇੱਕ ਨੋਟਬੰਦੀ, ਜਿਹੜਾ ਨੇ ਬਹੁਤ ਵੱਡਾ ਦਾਅਵਾ ਕੀਤਾ ਸੀ ਅਸੀਂ ਬਲੈਕ ਮਨੀ ਬਾਹਰ ਲੈਂਦੀ ਆ। ਦੂਸਰਾ, ਬਿਨਾਂ ਤਿਆਰੀ ਤੋਂ, ਬਿਨਾਂ ਹੋਮਵਰਕ ਤੋਂ GST ਲਾਗੂ ਕਰਨਾ। ਉਹਨਾਂ ਦੋਨਾਂ ਨਾਲ ਹੀ ਗਰੀਬ ਲੋਕਾਂ ਨੂੰ ਵੀ ਨੁਕਸਾਨ ਹੋਇਆ ਤੇ ਛੋਟੇ ਵਪਾਰੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਉਹਦੇ ਨਾਂ ਤੇ ਕਿਉਂ ਨਹੀਂ ਵੋਟ ਮੰਗਦੇ ਇਹ, ਜੇ ਉਹਨੂੰ ਇੱਡਾ ਬੜਾ ਵਧਾ ਚੜਾ ਕੇ ਕਰ ਰਹੇ ਸੀ? ਬਾਕੀ ਰੁਜ਼ਗਾਰ ਬਾਰੇ ਮੇਰੇ ਬਾਕੀ ਸਾਥੀ ਪੈਨਲਿਸਟਾਂ ਨੇ ਵੀ ਦੱਸਿਆ, ਨਾ ਤਾਂ ਰੁਜ਼ਗਾਰ ਪੈਦਾ ਕੀਤਾ, ਨਾ ਇਹਨਾਂ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ। ਹੁਣ ਨੇੜੇ ਜਿਹੇ ਆ ਕੇ ਕਹਿਣਾ ਸ਼ੁਰੂ ਕਰਤਾ ਕਿ ਸਵਾਮੀਨਾਥਨ ਦੀਆਂ ਬਹੁਤੀਆਂ ਮੱਦਾਂ ਅਸੀਂ ਲਾਗੂ ਕਰਤੀਆਂ, ਜਦਕਿ ਕੁਛ ਨਹੀਂ ਕੀਤਾ ਹੈਗਾ। ਕਿਸਾਨ ਸੁਸਾਈਡ ਉਸ ਤਰ੍ਹਾਂ ਹੀ ਜਾਰੀ ਹੈ, ਨਾ ਇਨਕਮ 'ਚ ਵਾਧਾ ਹੋਇਆ, ਠੀਕ ਆ। ਇੱਕ ਸਾਲ 'ਚ ਮਿਨੀਮਮ ਸਪੋਰਟ ਪ੍ਰਾਈਸ ਥੋੜ੍ਹਾ ਬਹੁਤ ਵਾਧਾ ਕੀਤਾ ਆ, ਪਰ ਓਵਰਆਲ ਜਿਹੜੀ 5 ਸਾਲ ਦੀ ਕਾਰ ਗੁਜ਼ਾਰੀ ਹੈ ਉਹ ਬਹੁਤ ਮਾੜੀ ਰਹੀ ਹੈ, ਵਿਕਾਸ ਦੇ ਪੱਖ ਤੇ ਵੀ ਤੇ ਓਵਰਆਲ। ਨਹੀਂ ਸੰਗੇੜਾ ਸਾਹਿਬ, ਅਗਰ 5 ਸਾਲ ਦੀ ਕਾਰ ਗੁਜ਼ਾਰੀ ਬਹੁਤ ਹੀ ਮਾੜੀ ਰਹੀ ਹੈ, ਜਿਹੜੀ 5 ਸਾਲ ਤੁਸੀਂ ਕਹਿ ਰਹੇ ਹੋ ਕਿ ਕਾਰਗੁਜ਼ਾਰੀ ਬਹੁਤ ਹੀ ਮਾੜੀ ਰਹੀ ਹੈ, ਕਿ ਉਹਨੂੰ ਠੀਕ ਕਰਨ ਦੇ ਲਈ ਇਸੇ ਕਰਕੇ ਬਾਲਾਕੋਟ ਯਾਦ ਆਉਂਦਾ ਬਾਰ ਬਾਰ, ਤਾਂ ਹੀ ਯਾਦ ਦਵਾਇਆ ਜਾ ਰਿਹਾ ਕਿ ਸਿਰਫ ਇਹਨੂੰ ਯਾਦ ਰੱਖੋ। ਬਿਲਕੁਲ ਇਸੇ ਕਰਕੇ ਆਉਂਦਾ ਆ, ਇਸੇ ਕਰਕੇ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ। ਜਿਹੜੇ ਰੈਗੂਲਰ ਏਜੰਡੇ ਹੋਣੇ ਚਾਹੀਦੇ ਆ ਮੁਲਕ ਦੇ, ਰੁਜ਼ਗਾਰ ਦਾ, ਲੋਕਾਂ ਦਾ ਰਹਿਣ ਸਹਿਣ ਦਾ ਪੱਧਰ ਉੱਚਾ ਚੱਕਣ ਦਾ, ਅੱਛੇ ਦਿਨ ਆਏਗੇ ਦਾ ਰੌਲਾ ਪਾਇਆ ਸੀਗਾ, ਉਹ ਕਿੱਥੇ ਗਏ ਅੱਛੇ ਦਿਨ? ਹੁਣ ਜਿਹੜੀਆਂ ਤਰੀਕ ਦੇਣ ਲੱਗ ਗਏ ਆ ਕਿ 2022 ਤੱਕ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਏਗੀ। ਗਰੇਵਾਲ ਸਾਹਿਬ ਕਹਿੰਦੇ 2022 ਤੱਕ ਪੱਕੇ ਮਕਾਨ ਦੇ ਦੇਣੇ ਆ, ਮੈਨੂੰ ਕੈਲਕੂਲੇਟ ਕਰਕੇ ਤਾਂ ਦੱਸੋ ਇੱਕ ਪੱਕਾ ਮਕਾਨ ਗਰੇਵਾਲ ਸਾਹਿਬ ਕਿੰਨੇ ਦਾ ਬਣੇਗਾ? ਇੰਨੇ ਲੋਕਾਂ ਨੂੰ ਕਹਿੰਦੇ 8 ਕਰੋੜ ਤਾਂ ਦੇਤੇ, 40 ਕਰੋੜ ਬੇਘਰੇ ਹੈਗੇ ਆ ਸਾਰੇ। ਸੰਗੇੜਾ ਸਾਹਿਬ ਉਹ ਕਹਿੰਦੇ 40 ਕਰੋੜ ਲੋਕ ਨੇ ਜਿਹੜੇ ਬੇਘਰੇ ਨੇ, 8 ਕਰੋੜ ਦੇ ਚੁੱਕੇ, 32 ਰਹਿ ਗਏ, ਵਾਅਦਾ ਫਿਰ ਵੀ 40 ਦਾ ਹੀ ਹੈ। ਗਰੇਵਾਲ ਸਾਹਿਬ ਤੁਸੀਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਗੱਲ ਨੂੰ ਬੜਾ ਸੀਰੀਅਸ ਲਓ, ਅਗਰ ਸੀਰੀਅਸ ਨਾ ਆਉਂਦਾ ਤਾਂ ਮੈਂ 1 ਘੰਟੇ ਦਾ ਡਿਬੇਟ ਰੱਖਦਾ ਹੀ ਕਿਉਂ? ਪਹਿਲੀ ਗੱਲ ਤਾਂ ਇਹ ਹੈ। ਦੂਜੀ ਵੱਡੀ ਗੱਲ, ਤੁਸੀਂ ਕਿਹਾ ਪ੍ਰਧਾਨ ਮੰਤਰੀ ਨੇ ਵੋਟਾਂ BJP ਲਈ ਥੋੜ੍ਹਾ ਮੰਗੀਆਂ, ਫਿਰ ਕਿਹਦੇ ਲਈ ਮੰਗੀਆਂ? ਆਹ ਕਾਂਗਰਸ ਤੇ ਬਾਕੀ ਪਾਰਟੀਆਂ ਲਈ ਮੰਗਣ ਗਏ ਸੀਗੇ? ਉਹ ਜਿਹੜੀ ਰੈਲੀ ਕੀਤੀ ਸੀ ਕਹਿੰਦੀ ਸੀ ਵੋਟ ਪਾਉਣ ਜ਼ਰੂਰ ਜਾਓ। ਉਹ ਪ੍ਰਧਾਨ ਮੰਤਰੀ ਜੀ ਹਮੇਸ਼ਾ ਅਪੀਲ ਕਰਦੇ ਆ ਕਿ ਸਾਰੇ ਵੋਟ ਜ਼ਰੂਰ ਪਾਉਣ ਜਾਓ, ਨਵੇਂ ਵੋਟਰ, ਯੰਗ ਵੋਟਰਸ ਨੂੰ, ਇਸ ਕਰਕੇ ਕੀਤੀ ਕਿ ਉਹਨਾਂ ਨੇ ਪਹਿਲੀ ਵਾਰ ਪਾਉਣੀ ਆ, ਇਸ ਕਰਕੇ ਅਪੀਲ ਕੀਤੀ ਆ। ਉਹਦੇ ਨਾਲ ਡੈਮੋਕ੍ਰੇਸੀ ਸਟਰੈਂਥਨ ਹੁੰਦੀ ਆ। ਔਰ ਦੂਸਰਾ, ਜਿਹੜਾ ਮੋਦੀ ਜੀ ਦੀ ਸੈਨਾ ਕਹਿੰਦੇ ਆ, ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਮੋਦੀ ਜੀ ਦੀ ਸੈਨਾ 'ਚ ਅਗਰ ਜੋਗੀ ਜੀ ਨੇ ਕਿਹਾ ਤਾਂ ਉਹ ਦੇਸ਼ ਦੀ ਸੈਨਾ ਹੀ ਕਿਹਾ। ਇਸ ਕਰਕੇ ਇਹ ਉਹਦਾ ਮਤਲਬ ਅਲੱਗ ਅਲੱਗ ਇਸ ਕਰਕੇ ਕੱਢਦੇ ਆ ਕਿ ਚੁਣਾਵ ਦਾ ਟਾਈਮ ਆ,
ਤੇ ਇਹ ਇਹਨਾਂ ਗੱਲਾਂ 'ਚ ਲੱਗੇ ਆ। ਔਰ ਜਿਹੜੀ ਜੀ ਐੱਸ ਟੀ ਦੀ ਗੱਲ ਕਰਦੇ ਆ ਉਹ ਵੀ ਮੈਂ ਦੱਸ ਦਿੰਦਾ, ਜੀ ਐੱਸ ਟੀ ਨਾਲ ਡੇਢ ਗੁਣਾ ਕੁਲੈਕਸ਼ਨ ਜਿਹੜੀ ਆ ਟੈਕਸ ਦੀ ਵਧੀ ਆ, ਔਰ ਦਿੱਲੀ ਸਰਕਾਰ ਕੇਜਰੀਵਾਲ ਦੀ ਸਰਕਾਰ ਨੂੰ ਵੀ ਜ਼ਿਆਦਾ ਟੈਕਸ ਗਿਆ, ਔਰ ਡਿਵੈਲਪਮੈਂਟ ਦੇ ਲਈ ਇੱਥੇ ਪੰਜਾਬ ਸਰਕਾਰ ਨੂੰ ਵੀ ਆਇਆ। ਇਹ ਕ੍ਰਿਟੀਸਾਈਜ਼ ਕਰਦੇ ਹੋਏ ਇਹਨਾਂ ਨੂੰ ਸੋਚਣਾ ਚਾਹੀਦਾ, ਔਰ ਇੱਕ ਵਿਵਸਥਾ ਜਿਹੜੀ ਆ ਪਹਿਲੀਆਂ ਸਰਕਾਰਾਂ ਤੋਂ ਲਾਗੂ ਨਹੀਂ ਹੋਈ ਸੀ। ਹੌਸਲਾ ਕਰਕੇ, ਹਿੰਮਤ ਕਰਕੇ ਭਾਰਤੀ ਜਨਤਾ ਪਾਰਟੀ ਨੇ ਕੀਤੀ, ਔਰ ਕਾਂਗਰਸ ਨੇ ਉਹਦਾ ਸਮਰਥਨ ਕੀਤਾ, ਕਦੋਂ ਪਾਸ ਹੋਇਆ। ਹੋਮਵਰਕ ਤੁਹਾਡੇ ਤੋਂ ਕੇਜਰੀਵਾਲ ਜੀ ਤੋਂ ਪੁੱਛ ਕੇ ਹੋਮਵਰਕ ਕਰਨਾ ਸੀ, ਤੁਸੀਂ ਆਪਣੇ ਉਹਦੇ ਚ ਬੋਲੋ ਮੇਰੇ ਕੋਲ। ਗਰੇਵਾਲ ਸਾਹਿਬ ਨੇ ਬਾਕੀ ਪੁਆਇੰਟ ਦੱਸੇ, ਜਿਹੜੇ ਵਿਕਾਸ ਦੇ ਏਜੰਡਾ ਦੱਸਿਆ, ਵਿਕਾਸ ਦੇ ਕੰਮ ਦੱਸੇ, ਜਿਹੜਾ ਉਹ ਕੰਮਾਂ ਨੂੰ ਜਿਹਨਾਂ ਨੂੰ ਬਾਕੀਆਂ ਨੇ ਵੀ ਐਪਰੀਸ਼ੀਏਟ ਕੀਤਾ, ਵੈਲਕਮ ਕੀਤਾ ਅਤੇ ਮੰਨਿਆ ਵੀ। ਅਗਰ ਇੰਨੇ ਅੱਛੇ ਅੱਛੇ ਕੰਮ ਕੀਤੇ ਸੀਗੇ ਤਾਂ ਫਿਰ ਪ੍ਰਾਇਰਟੀ ਰਾਸ਼ਟਰਵਾਦ ਅਤੇ ਇਹ ਬਾਲਾਕੋਟ ਅਤੇ ਪੁਲਵਾਮਾ ਹੀ ਕਿਉਂ? ਸਿਰਫ ਇੱਕ ਸਵਾਲ, ਇੰਨੇ ਚੰਗੇ ਕੰਮ ਕੀਤੇ ਸੀ ਤਾਂ ਇਹਨੂੰ ਸਰ ਟੌਪ ਆਫ ਦਾ ਏਜੰਡਾ ਕਿਉਂ ਰੱਖ ਲਿਆ? ਗਵਾਲੀਅਰ ਸਾਹਿਬ, ਪਹਿਲੀ ਗੱਲ ਜਿਹੜੇ ਮੇਰੇ ਵੀਰ ਲੱਕੀ ਨੇ ਗੱਲ ਕੀਤੀ ਕਿ ਮੈਂ ਫੌਜੀਆਂ ਨੂੰ ਸਲੂਟ ਕਰਦਾ, ਥੈਂਕ ਯੂ ਵੈਰੀ ਮੱਚ। ਲੇਕਿਨ ਇੰਨੇ ਸਾਲ ਦੇ ਰਾਜ ਦੇ ਵਿੱਚ ਜੇ ਵਨ ਰੈਂਕ ਵਨ ਪੈਨਸ਼ਨ ਮਿਲੀ ਹੈ ਤਾਂ ਉਹ ਬੀਜੇਪੀ ਦੀ ਗੌਰਮੈਂਟ, ਮੋਦੀ ਦੀ ਗੌਰਮੈਂਟ ਨੇ ਦਿੱਤੀ ਹੈ। ਇਹਨਾਂ ਨੇ ਇੰਨੇ ਸਾਲ ਦੀ ਲੜਾਈ ਹੋ ਰਹੀ ਸੀ, ਇਹਨਾਂ ਨੇ ਉਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ, ਠੀਕ ਹੈ। ਔਰ ਹੁਣ ਪਿੱਛੇ ਜੇ ਤਕਰੀਬਨ 20 ਦਿਨ ਪਹਿਲਾਂ ECHS ਦੇ ਵਿੱਚ ਜਿਹਨਾਂ ਨੇ ਵੀ 5 ਸਾਲ ਦੀ ਸਰਵਿਸ ਕੀਤੀ ਹੈ ਉਹਨਾਂ ਦਾ ਵੀ ਮੈਡੀਕਲ ਫ੍ਰੀ ਕੀਤਾ ਹੈ, ਇਸ ਗੌਰਮੈਂਟ ਨੇ ਕੀਤਾ ਹੈ। ਇਹ ਤਾਂ ਮੈਂ ਫੌਜੀਆਂ ਦੀ ਗੱਲ ਕਰ ਰਿਹਾ। ਰਾਈਟ। ਦੂਜੀ ਗੱਲ, ਇਹਨਾਂ ਨੇ ਕਿਹਾ ਜੀ ਕਿ ਸ਼ਹੀਦ ਦਾ ਦਰਜਾ ਨਹੀਂ ਦਿੱਤਾ। 1947 ਤੋਂ ਲੈ ਕੇ ਅੱਜ ਤੱਕ ਜੀ ਤਕਰੀਬਨ ਮੋਸਟ ਆਫ ਦੀ ਟਾਈਮ ਕਾਂਗਰਸ ਦਾ ਰਾਜ ਰਿਹਾ। ਮੈਨੂੰ ਇੱਕ ਬੰਦੇ ਦਾ ਨਾਂ ਦੱਸ ਦੇਣ, ਰੋਜ਼ ਆਪਣੇ ਬੰਦੇ ਸ਼ਹੀਦ ਹੁੰਦੇ ਨੇ ਜਿਹਨਾਂ ਨੂੰ ਇਹਨਾਂ ਦੀ ਗੌਰਮੈਂਟ ਨੇ ਕਦੇ ਸ਼ਹੀਦ ਦਾ ਦਰਜਾ ਦਿੱਤਾ ਹੋਵੇ। ਉਹ ਪ੍ਰੋਵੀਜ਼ਨ ਹੀ ਨਹੀਂ ਹੈ। ਜਦੋਂ ਅਸੀਂ ਲੜਾਈ 'ਚ ਜਾਂਦੇ ਹਾਂ ਤਾਂ ਸਾਡੇ ਵਾਸਤੇ ਪਰਮਵੀਰ ਚੱਕਰਾ ਹੈ, ਮਹਾਂਵੀਰ ਚੱਕਰਾ ਹੈ, ਵੀਰ ਚੱਕਰਾ ਹੈ, ਸੈਨਾ ਮੈਡਲ ਹੈ, ਮੈਂਸ਼ਨ ਇਨ ਡਿਸਪੈਚਿਸ ਹੈ, ਔਰ ਸਿਵਲ ਦੇ ਵਿੱਚ ਜੇ ਕੋਈ ਗੱਲ ਹੁੰਦੀ ਹੈ ਤਾਂ ਉਹਦੇ ਲਈ ਅਲੱਗ ਮੈਡਲਸ ਨੇ। ਲੇਕਿਨ ਉਹਨਾਂ ਨੂੰ ਸ਼ਹੀਦ ਦੇਣ ਦਾ ਗੌਰਮੈਂਟ ਆਫ ਇੰਡੀਆ ਦੇ ਵਿੱਚ ਪ੍ਰੋਵੀਜ਼ਨ ਨਹੀਂ ਹੈ। ਲੱਕੀ ਸਾਹਿਬ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ। ਅਗਲਾ ਇਹਨਾਂ ਨੇ ਪੁਆਇੰਟ ਦਿੱਤਾ ਜੀ, ਸਵਾਮੀਨਾਥਨ ਕਮਿਸ਼ਨ ਲਾਗੂ ਨਹੀਂ ਕੀਤਾ। ਸਰ, 2007 ਦੇ ਵਿੱਚ ਸਵਾਮੀਨਾਥਨ ਕਮਿਸ਼ਨ ਰਿਪੋਰਟ ਆ ਗਈ, ਇਹਨਾਂ ਨੇ ਕਿਹਾ ਲਾਗੂ ਕਰਾਂਗੇ। 2009 ਦੇ ਵਿੱਚ ਇਹਨਾਂ ਦੀ ਸਰਕਾਰ ਬਣ ਗਈ, 7 ਸਾਲ ਤੱਕ ਇਹਨਾਂ ਨੇ ਰਿਪੋਰਟ ਲਾਗੂ ਨਹੀਂ ਕੀਤੀ। ਔਰ ਹੁਣ ਜਦੋਂ ਇਹ ਮੰਨਦੇ ਨੇ ਕਿ MSP ਵਧਾਈ, ਔਰ ਡਾਕਟਰ ਸਵਾਮੀਨਾਥਨ ਜੀ ਨੇ ਖੁਦ ਕਿਹਾ ਕਿ ਆਈ ਐਮ ਸੈਟਿਸਫਾਈਡ, ਇਟ ਇਜ਼ ਡਾਕਟਰ ਸਵਾਮੀਨਾਥਨ ਜਿਹਨਾਂ ਦੀ ਰਿਪੋਰਟ ਦੀ ਇਹ ਗੱਲ ਕਰ ਰਹੇ ਨੇ ਕਹੀ ਹੈ। ਮੈਂ ਸਮਝਦਾ ਕਿ ਹਾਲੇ ਬਹੁਤ ਕਮੀਆਂ ਨੇ, ਉਹ ਵੀ ਦੂਰੀਆਂ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਲੇਕਿਨ ਇਹ ਬੋਲਣ ਵਾਲੇ ਕੌਣ ਨੇ? ਇਹਨਾਂ ਤਾਂ 7 ਸਾਲ ਰਾਜ ਰਹੇ, ਇਹਨਾਂ ਤਾਂ ਕੁਛ ਕੀਤਾ ਕੋਈ ਨਹੀਂ, ਇਹਨਾਂ ਨੇ ਕੀਤਾ ਕੋਈ ਨਹੀਂ। ਇਹਨਾਂ ਨੇ ਅੱਗੇ ਗੱਲ ਕਹੀ ਜੀ ਇੰਟੈਲੀਜੈਂਸ ਫੇਲਿਅਰ ਹੋਇਆ। ਮੈਨੂੰ ਇਹ ਦੱਸਣ ਕਿ ਬੋਂਬੇ ਦੇ ਵਿੱਚ ਇੰਨਾ ਸਾਰਾ ਸਮੁੰਦਰ ਕ੍ਰੋਸ ਕਰਕੇ ਬੋਂਬੇ ਉਹ ਆਏ, 3 ਦਿਨ ਤੱਕ ਉੱਥੇ ਹਾਤਮਤਾਈ ਮਚਾਈ ਰੱਖੀ, ਸੈਂਕੜੇ ਬੰਦੇ ਉੱਥੇ ਮਾਰ ਗਏ, ਇਹਨਾਂ ਦੀ ਇੰਟੈਲੀਜੈਂਸ ਫੇਲਿਅਰ ਨਹੀਂ ਸੀਗੀ? ਅੱਜ ਇਹ ਗੱਲ ਕਰਦੇ ਨੇ, ਇਹ ਕਿਸ ਤਰ੍ਹਾਂ ਗੱਲ ਕਰ ਸਕਦੇ ਨੇ? ਦੂਸਰੀ ਗੱਲ ਜਿਹੜੀ ਹੈ GST ਦੀ, GST ਦੀ ਕਾਂਗਰਸ ਦਾ ਫਾਈਨੈਂਸ ਮਿਨਿਸਟਰ ਸਰਦਾਰ ਮਨਪ੍ਰੀਤ ਸਿੰਘ ਬਾਦਲ, ਉਹਨਾਂ ਨੇ ਕਿਹਾ ਕਿ GST ਪੰਜਾਬ ਲਈ ਫਾਇਦੇਮੰਦ ਹੈ। ਇਸ ਵਾਰੀ ਹਾਲੇ ਤੱਕ 4,000 ਕਰੋੜ ਦਾ ਰੈਵਨਿਊ ਘੱਟ ਖੱਟਾ ਹੋਇਆ,
ਉਹ ਜਿਹੜਾ ਸਾਰਾ GST ਤੋਂ ਸੈਂਟਰ ਗਵਰਨਮੈਂਟ ਨੇ ਇਹਨਾਂ ਨੂੰ ਦਿੱਤਾ ਹੈ ਔਰ ਉਹ 2021 ਤੱਕ ਦੇਣ ਦਾ ਵਾਅਦਾ ਹੈ। ਠੀਕ ਹੈ, ਆਲਰਾਈਟ 2021 ਹਰ ਵਾਰੀ ਇਹਨਾਂ ਦਾ ਰੈਵਨਿਊ ਘਟਿਆ ਜਾ ਰਿਹਾ ਉਹ GST ਤੋਂ ਪੂਰਾ ਹੋ ਰਿਹਾ। ਠੀਕ ਹੈ, ਤੁਹਾਡੀ ਗੱਲ ਠੀਕ ਹੈ। ਸਵਾਲ ਇਹ ਸੀਗਾ, ਸਵਾਲ ਇਹ ਸੀਗਾ, ਤੁਸੀਂ ਆਪਣੇ ਆਪਾਂ ਸਵਾਲ ਤੇ ਰਹੀਏ। ਠੀਕ ਹੈ, ਇੱਕ ਮਿੰਟ ਠਹਿਰੋ। ਹਾਂਜੀ ਹਾਂਜੀ, ਸਵਾਲ ਜਿਹੜਾ ਹੈ ਪਲੀਜ਼ ਇੱਕ ਵਾਰੀ ਫੇਰ ਕਰ ਦਿਓ ਰਿਪੀਟ, ਕਿਉਂਕਿ ਮੈਂ ਜਰਾ ਲੱਕੀ ਸਾਹਿਬ ਦੀਆਂ ਗੱਲਾਂ ਦਾ ਜਵਾਬ ਦੇਣ ਲੱਗ ਪਿਆ। ਤੁਸੀਂ ਲੱਕੀ ਸਾਹਿਬ ਦਾ ਹੀ ਜਵਾਬ ਦੇ ਦਿਓ, ਆਪਾਂ ਜਿਹੜਾ ਅਜੈਂਡਾ ਰੱਖਿਆ ਤਾਂ ਫਿਰ ਮੈਨੂੰ ਲੱਗਦਾ ਤੁਸੀਂ ਤੁਹਾਨੂੰ ਪਰਸਨਲੀ ਬਿਠਾ ਦਈਏ ਫਿਰ ਆਰਾਮ ਨਾਲ ਤੁਸੀਂ ਕਰ ਲਓ। ਉਹ ਤਾਂ ਫਿਰ ਤੁਸੀਂ ਗੱਲ ਤੁਹਾਡੀ ਗੱਲ ਠੀਕ ਹੈ, ਤੁਸੀਂ ਪੁਆਇੰਟ ਜਿਹੜੇ ਤੁਸੀਂ ਪੁਆਇੰਟ ਦੱਸੇ ਗਰੇਵਾਲ ਸਾਹਿਬ ਨੂੰ ਦੱਸਦੇ ਸੀ, ਆਪਾਂ ਉਸ ਤੋਂ ਅੱਗੇ ਚਲੇ ਗਏ ਸੀ, ਤੁਸੀਂ ਫਿਰ ਉਹਨਾਂ ਪੁਆਇੰਟ ਤੇ ਆ ਗਏ। ਗੱਲ ਸਿਰਫ ਇਹ ਹੈ, ਇੰਨੇ ਅੱਛੇ ਅੱਛੇ ਕੰਮ ਕੀਤੇ ਸਰਕਾਰ ਨੇ ਤੁਹਾਡੇ ਮੁਤਾਬਕ, ਗਰੇਵਾਲ ਸਾਹਿਬ ਦੇ ਮੁਤਾਬਕ, ਇੰਨੇ ਅੱਛੇ ਕੰਮਾਂ ਦੇ ਕਰਨ ਦੇ ਬਾਵਜੂਦ ਅਸੀਂ ਫਿਰ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ, ਦੇਸ਼ ਨੂੰ ਬਾਲਾਕੋਟ ਯਾਦ ਦਿਲਾ ਰਹੇ ਹਾਂ, ਅਜਿਹੀ ਕਿਹੜੀ ਲੋੜ ਪੈ ਗਈ? ਸਵਾਲ ਇਹ ਹੈ ਵਾਲੀਆ ਸਾਹਿਬ, ਵਾਲੀਆ ਸਾਹਿਬ ਦੇਖੋ, 10 ਸਾਲ ਕਾਂਗਰਸ ਦਾ ਬਤਵਾਤਰ ਰਾਜ ਰਿਹਾ, 10 ਸਾਲ ਦੇ ਵਿੱਚ ਇੱਕ ਡਿਫੈਂਸ ਡੀਲ ਜੇ ਕਾਂਗਰਸ ਨੇ ਕੀਤੀ ਹੋਵੇ ਇਕਿਊਪਮੈਂਟ ਖਰੀਦਣ ਦੀ, ਵਧੀਆ ਇਕਿਊਪਮੈਂਟ ਖਰੀਦਣ ਦੀ, ਤਾਂ ਮੈਨੂੰ ਦੱਸਣ। ਠੀਕ, ਇਸ ਵਕਤ ਤੱਕ ਤਕਰੀਬਨ 200 ਡੀਲਸ ਵੱਡੀਆਂ ਹੋ ਚੁੱਕੀਆਂ ਨੇ, ਡਿਫੈਂਸ ਇਕਿਊਪਮੈਂਟ ਜਿਹੜਾ ਹੈ ਆਉਣਾ ਸ਼ੁਰੂ ਹੋ ਗਿਆ ਹੈਗਾ। ਇਹ ਇੱਕ ਡੀਲ ਦੱਸਣ, ਜਦੋਂ ਇਹ ਜਾ ਰਹੇ ਸੀ ਉਦੋਂ ਦੋ, ਤੁਸੀਂ ਟਾਈਮ ਕਾਫੀ ਲੈ ਲਿਆ ਲੱਕੀ ਜੀ, ਟਾਈਮ ਘੱਟ ਹੈ, ਟਾਈਮ ਘੱਟ ਹੈ, ਪਹਿਲੇ ਬਾਕੀ ਵੀ ਲੇਟ ਹੈ। ਠੀਕ ਹੈ, ਦੋ ਸਿਗਨੇਚਰ ਕੀਤੇ ਉਹ ਵੀ ਪੂਰੇ ਨਹੀਂ ਹੋਏ। ਠੀਕ ਹੈ, ਜੋ ਮੈਂ ਇਹ ਕਹਿ ਰਿਹਾ ਕਿ ਦੇਸ਼ ਦਾ ਡਿਫੈਂਸ ਜਿਹੜਾ ਹੈ ਉਹ ਸਾਰੇ ਮੁਲਕ ਵਾਸਤੇ ਬਹੁਤ ਜ਼ਰੂਰੀ ਹੈ। ਜੇ ਅਸੀਂ ਆਪਣੀਆਂ ਸਰਹੱਦਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਅਸੀਂ ਕੀ ਕਰ ਸਕਦੇ ਹਾਂ? ਤੁਸੀਂ ਕਹਿੰਦੇ ਹੋ ਮੁੱਦਾ ਹੀ ਹੈ ਨਹੀਂ। ਇਹ ਫਿਰ ਪਲੀ ਲੈ ਸਕਦੇ ਹਾਂ ਆਪਾਂ, ਇਹ ਇਸ ਦਿਸ ਅ ਪਲੀ ਔਰ ਅ ਰੀਜ਼ਨ ਟੂ ਟੇਕ ਦਿਸ ਪਲੀ, ਤਾਂ ਕਿ ਆਪਾਂ ਲੈ ਲਈਏ ਵੋਟ, ਮੰਗ ਲਈਏ ਇਸ ਤੇ ਔਨ ਬਿਹਾਫ ਆਫ ਦਿਸ। ਗੱਲ ਆ ਤਾਂ ਨਹੀਂ ਨਾ ਹੋਈ, ਤੁਹਾਡੀ ਗੱਲ ਇੱਕ ਫੈਕਟਰ ਹੋ ਸਕਦਾ ਕਿ ਇਹਨਾਂ ਨੇ ਕੰਮ ਕੀਤਾ ਡਿਫੈਂਸ ਲਈ, ਦੈਟ ਇਜ਼ ਗੁੱਡ, ਅੱਛੀ ਗੱਲ ਹੈ, ਵੀ ਐਪਰੀਸ਼ੀਏਟ, ਪਰ ਇਹ ਕਾਰਨ ਤਾਂ ਨਹੀਂ ਹੋ ਸਕਦਾ ਕਿ ਇਹਨਾਂ ਨੇ ਡੀਲ ਕਰਤੀਆਂ ਰਕਸ਼ਾ ਦੇ ਸੌਦੇ ਕਰਤੇ ਤਾਂ ਠੀਕ ਹੈ ਜੀ, ਆਪਾਂ ਰਕਸ਼ਾ ਦੇ ਨਾਂ ਤੇ ਵੋਟਾਂ ਮੰਗ ਲਾਂਗੇ। ਲੱਕੀ ਜੀ, ਦੈਟ ਇਜ਼ ਆਲਸੋ ਵਨ ਆਫ ਦ ਰੀਜ਼ਨ ਮਿਸਟਰ ਮੈਂ ਮੈਂ ਫੈਕਟਰ ਤਾਂ ਕਿਹਾ ਸਰ, ਸਰ ਮੈਂ ਫੈਕਟਰ ਤਾਂ ਬੋਲਤਾ ਨਾ, ਤੁਸੀਂ ਸੁਣ ਲਓ ਪੂਰਾ, ਮੈਂ ਫੈਕਟਰ ਬੋਲਿਆ। ਗੌਰਵ ਜੀ, ਬੀਜੇਪੀ ਵਾਲਿਆਂ ਨੂੰ ਝੂਠ ਬੋਲਣ ਦੀ ਆਦਤ ਹੈ, ਸਾਨੂੰ ਝੂਠ ਦੀ ਗੱਲ ਕਰ ਰਹੇ, ਸਾਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਝੂਠ ਦਾ ਇਹਨਾਂ ਦਾ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਪਹਿਲੀ ਗੱਲ ਇਹਨਾਂ ਨੇ ਮੋਦੀ ਜੀ ਦੀ ਸਪੀਚ ਦਾ ਜਿਹੜਾ ਅੱਜ ਵਿਸ਼ੇ ਹੈ ਜਿਹਦੇ ਬਾਰੇ ਇਹਨਾਂ ਨੇ ਕਿਹਾ ਕਿ ਜੋ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਜਿਹੜੇ ਜਵਾਨ ਸ਼ਹੀਦ ਹੋਏ ਨਾ ਉਹਨਾਂ ਨੂੰ ਸੋਚ ਕੇ ਵੋਟ ਪਾਣੀ ਹੈ। ਮੈਨੂੰ ਜਾਣਕਾਰੀ 'ਚ ਨਹੀਂ, ਸ਼ਾਇਦ ਤੁਹਾਡੀ ਜਾਣਕਾਰੀ 'ਚ ਹੋਏ ਤਾਂ ਮੈਨੂੰ ਦੱਸ ਦਿਓ ਕਿ ਹਿੰਦੁਸਤਾਨ ਦੀ ਆਰਮੀ ਦੀ ਕੋਈ ਆਪਣੀ ਪਾਰਟੀ ਹੈਗੀ ਹੈ ਜਿਹਨਾਂ ਦੇ ਵਾਸਤੇ ਵੋਟ ਮੰਗ ਰਹੇ ਸੀਗੇ? ਇਹ ਕਹਿ ਰਹੇ ਬੀਜੇਪੀ ਵਾਸਤੇ ਵੋਟ ਨਹੀਂ ਮੰਗ ਰਹੇ ਸੀਗੇ, ਉਹ ਤੁਹਾਡੇ ਲਈ ਮੰਗ ਰਹੇ ਸੀਗੇ। ਇੰਡੀਅਨ ਆਰਮੀ ਦੀ ਪਾਰਟੀ ਹੈਗੀ ਹੈ ਤੇ ਹਾਂ, ਇੰਡੀਅਨ ਆਰਮੀ ਦੀ ਕੋਈ ਪਾਰਟੀ ਹੈ ਬਣਾਈ ਹੋਈ ਉਹਨਾਂ ਨੇ, ਤਾਂ ਉਹਦੇ ਵਾਸਤੇ ਵੋਟ ਮੰਗ ਰਹੇ ਸੀ, ਤਾਂ ਮੈਂ ਸਮਝ ਲਾਂਗਾ ਵੀ ਇਹ ਉਹਦੇ ਵਾਸਤੇ ਵੋਟ ਮੰਗ। ਇਹ ਕਲੀਅਰ ਕੱਟ ਵੋਟਰਸ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ 5 ਸਾਲ ਦੀ ਟੋਟਲ ਫੇਲੀਅਰ ਰਹੀ ਹੈ। ਕਪੂਰ ਸਾਹਿਬ ਨੇ ਡਿਫੈਂਸ ਡੀਲ ਦੀ ਗੱਲ ਕੀਤੀ, ਇਹਨਾਂ ਨੇ ਕਿਹਾ ਜੀ 10 ਸਾਲ ਕਾਂਗਰਸ ਨੇ ਕੋਈ ਡਿਫੈਂਸ ਡੀਲ ਨਹੀਂ ਕੀਤੀ। ਮੈਨੂੰ ਬੜੀ ਹੈਰਾਨੀ ਹੁੰਦੀ ਹੈ, ਕਦੇ ਤਾਂ ਕਹਿੰਦੇ ਆ ਕਿ ਡਿਫੈਂਸ 'ਚ ਦਲਾਲੀ ਖਾਂਦੇ ਆ ਜੀ ਕਾਂਗਰਸ ਵਾਲੇ, ਪੈਸੇ ਖਾਂਦੇ ਆ, ਦੂਸਰੇ ਪਾਸੇ ਕਹਿੰਦੇ ਆ ਕਿ 10 ਸਾਲ ਕੋਈ ਡੀਲ ਨਹੀਂ ਕੀਤੀ। ਦੋਨੋਂ ਬੜੀ ਕੌਂਟਰਡਿਕਟਰੀ ਗੱਲਾਂ ਹੈ। ਇੱਕ ਤੀਸਰੀ ਗੱਲ, ਮੇਰੀ ਬਾਅਦ 'ਚ ਤੁਸੀਂ ਜਵਾਬ ਦੇ ਲੈਣਾ ਸੀ ਜਦ ਤੁਸੀਂ ਬੋਲ ਰਹੇ ਹੋ, ਭਾਜਪਾ ਦੇ ਸਾਡੇ ਆਗੂ ਗਰੇਵਾਲ ਸਾਹਿਬ ਨੇ ਕਿਹਾ ਕਿ 8 ਕਰੋੜ ਲੋਕਾਂ ਨੂੰ ਮਕਾਨ ਦੇ ਦਿੱਤੇ। ਠੀਕ ਹੈ, 8 ਕਰੋੜ ਲੋਕਾਂ ਨੂੰ, ਦੈਟ ਮੀਨਸ ਕਿ 8 ਕਰੋੜ ਮਕਾਨ ਇਹਨਾਂ ਨੇ ਦੇ ਦਿੱਤੇ। 8 ਕਰੋੜ ਲੋਕਾਂ ਨੂੰ ਨੀ, ਸ਼ਾਇਦ 8 ਕਰੋੜ ਮਕਾਨ ਕਹੇ ਕਿ 8 ਕਰੋੜ ਲੋਕਾਂ ਨੂੰ ਕਹੇ, ਕਲੈਰੀਫਾਈ ਕਰ ਦਿਓ ਸਰ। 8 ਕਰੋੜ ਹੀ ਦਿੱਤੇ, 8 ਕਰੋੜ ਮਕਾਨ ਦਿੱਤੇ, ਦੈਟ ਮੀਨਸ ਕਿ 40 ਕਰੋੜ ਪਾਪੂਲੇਸ਼ਨ ਕਵਰ ਕਰਤੀ ਜੇ ਇੱਕ ਫੈਮਿਲੀ ਦੇ ਵਿੱਚ 5 ਬੰਦੇ ਆਉਂਦੇ ਨੇ। ਔਰ ਇਹ ਕਹਿੰਦੇ ਕਿ 40 ਕਰੋੜ ਮਕਾਨ ਦੇਣ ਦੀ ਲੋੜ ਹੈ, ਦੈਟ ਮੀਨਸ 5 ਕਰੋੜ 200 ਕਰੋੜ, ਹਿੰਦੁਸਤਾਨ ਦੀ ਆਬਾਦੀ 125 ਕਰੋੜ ਹੈ, 200 ਕਰੋੜ ਮਕਾਨ ਬਣਾਉਣ ਦੀ ਸੋਚ ਰਹੇ। ਇਹਦੇ ਚ ਅਮੀਰ ਅਮੂਰ ਸਾਰੇ ਆ ਗਏ, ਮੈਨੂੰ ਇਹਨਾਂ ਦੇ ਇਹ ਸਟੈਟਿਸਟਿਕਸ ਕਿੱਥੋਂ ਲੈ ਕੇ ਆਏ ਮੈਨੂੰ ਨਹੀਂ ਸਮਝ ਆਈ ਕਿੱਥੋਂ ਸਟੈਟਿਸਟਿਕਸ ਆਏ।
ਮੈਂ ਜਦ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਝੂਠ ਬੋਲਦੇ ਨੇ, ਉੱਚੀ ਆਵਾਜ਼ 'ਚ ਬੋਲਦੇ ਨੇ, ਰੋਜ਼ ਬੋਲਦੇ ਨੇ ਔਰ ਸ਼ੁੱਧ ਹਿੰਦੀ 'ਚ ਬੋਲਦੇ ਨੇ। ਇਹ ਵੱਖਰੀ ਗੱਲ ਹੈ ਕਿ ਪੰਜਾਬੀ ਚੈਨਲ ਆ ਜਿੱਥੇ ਆ ਕੇ ਇਹਨਾਂ ਨੂੰ ਪੰਜਾਬੀ 'ਚ ਬੋਲਣਾ ਪੈ ਰਿਹਾ, ਸਾਰਾ ਦਿਨ ਝੂਠ ਦੀ ਫੈਕਟਰੀ ਲਗਾਈ ਹੋਈ ਹੈ ਔਰ ਅੱਜ ਇਹਨਾਂ ਕੋਲ ਅਚੀਵਮੈਂਟ ਦੇ ਨਾਮ 'ਤੇ ਕੋਈ ਗੱਲ ਨਹੀਂ ਹੈ। ਇਹ ਰਾਸ਼ਟਰਵਾਦ ਦੀ ਗੱਲ ਅੱਜ ਕਰਦੇ ਨੇ ਔਰ ਸਾਡੇ ਉੱਪਰ ਇਲਜ਼ਾਮ ਲਗਾਉਂਦੇ ਨੇ। ਇਹ ਕਹਿੰਦੇ ਜੀ ਇਹ ਦੇਸ਼ ਦਰੋਹੀ ਹੈ, ਉਹ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਕਾਂਗਰਸ ਪਾਰਟੀ। ਇਸ ਪਾਰਟੀ ਦੀ ਕੁਰਬਾਨੀਆਂ ਇਸ ਦੇਸ਼ ਵਾਸਤੇ, ਦੋ ਪ੍ਰਧਾਨ ਮੰਤਰੀ ਇਹਨਾਂ ਨੇ ਖੋਏ ਨੇ, ਇੱਕ ਚੀਫ ਮਿਨਿਸਟਰ ਖੋਇਆ ਔਰ ਇਹ ਗੱਲ ਸਾਨੂੰ ਕਹਿੰਦੇ ਵੀ ਅਸੀਂ ਇਹਨਾਂ ਤੋਂ ਸਰਟੀਫਿਕੇਟ ਲੈਣਾ ਰਾਸ਼ਟਰਵਾਦ ਦਾ। ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਨਾ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ। ਇਹ ਤਾਂ ਪਾਰਟੀ ਜਾ ਕੇ 1980 ਵਗੈਰਾ 'ਚ ਜਨਸੰਘ ਸੀਗੀ ਪਹਿਲਾਂ, ਉਸ ਤੋਂ ਬਾਅਦ ਬੀਜੇਪੀ ਬਣੀ ਹੈ। ਇਹ ਅੱਜ ਜਾ ਕੇ ਗੱਲਾਂ ਸਾਨੂੰ ਸਿਖਾ ਰਹੇ ਹੈ। ਇਹ ਇੱਕ ਪੁਲਵਾਮਾ ਦੇ ਜਿਹੜੇ ਬਾਲਾਕੋਟ ਦੇ ਹਮਲੇ ਦੀ ਗੱਲ ਕਰਦੇ ਨੇ ਔਰ ਉਸ ਤੋਂ ਪਹਿਲਾਂ ਇਹ ਸਰਜੀਕਲ ਸਟ੍ਰਾਈਕ ਦੀ ਗੱਲ ਕਰਦੇ ਹਾਂ। ਮੈਂ ਵੀ ਆਰਮੀ ਦੀ ਫੈਮਿਲੀ ਤੋਂ ਬਿਲੋਂਗ ਕਰਦਾ, ਮੇਰੇ ਗ੍ਰੈਂਡ ਫਾਦਰ, ਮੇਰੇ ਫਾਦਰ ਇਨ ਲਾਅ, ਐਵਰੀਬਡੀ ਹੈਜ਼ ਬੀਨ ਇਨ ਦਾ ਆਰਮੀ। ਇੱਦਾਂ ਦੀ ਸਰਜੀਕਲ ਸਟ੍ਰਾਈਕਸ, ਇੱਦਾਂ ਦੀ ਜਿਹੜੀਆਂ ਆਪਰੇਸ਼ਨਸ ਹੈ, ਇੰਡੀਅਨ ਆਰਮੀ ਟਾਈਮ ਟੂ ਟਾਈਮ ਕੈਰੀ ਕਰਦੀ ਰਹਿੰਦੀ ਸੀ। ਇਸ ਕਰਕੇ ਪਰ ਉਹਦਾ ਕ੍ਰੈਡਿਟ ਕਦੇ ਵੀ ਕਿਸੇ ਨੇ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਇਹ ਪਹਿਲੀ ਵਾਰ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਸਰਜੀਕਲ ਸਟ੍ਰਾਈਕ, ਫਿਰ ਉਸਦੇ ਉੱਪਰ ਉਰੀ ਪਿਕਚਰ ਬਣਾਤੀ। ਹੁਣ ਮੋਦੀ ਜੀ ਨੇ ਉਰੀ ਪਿਕਚਰ 'ਚ ਵੀ ਇਹ ਦਿਖਾ ਰਹੇ ਸੀ ਜਿਵੇਂ ਮੋਦੀ ਜੀ ਬੈਠ ਕੇ ਸਾਰੀ ਉੱਥੇ ਕਰ ਰਹੇ ਸੀ, ਬਾਕੀ ਇੰਡੀਅਨ ਆਰਮੀ ਤਾਂ ਚਲੋ ਉੜੀ ਤਾਂ ਦੂਰ ਹੈ, ਮੋਦੀ ਪਿਕਚਰ ਤਾਂ ਮੋਦੀ ਬਣ ਗਈ ਪੂਰੀ, ਉਹ ਤਾਂ ਮੋਦੀ ਦੇ ਨਾਮ ਤੇ ਹੀ ਬਣ ਗਈ ਪ੍ਰਧਾਨ ਮੰਤਰੀ ਦੇ। ਹੁਣ ਤਾਂ ਮੋਦੀ ਪਿਕਚਰ ਬਣਾਤੀ। ਇਹ ਇੱਦਾਂ ਦੇ ਹਾਲਾਤ ਕਦ ਪੈਦਾ ਹੁੰਦੇ ਆ ਵਾਲੀਆ ਜੀ, ਸੰਧੂ ਸਾਹਿਬ, ਇੱਦਾਂ ਦੇ ਹਾਲਾਤ ਤਦ ਪੈਦਾ ਹੁੰਦੇ ਆ ਜਦ ਤੁਹਾਡੇ ਕੋਲ ਕਹਿਣ ਵਾਸਤੇ ਕੁਝ ਨਹੀਂ ਹੁੰਦਾ, ਤੁਹਾਡੀ ਅਚੀਵਮੈਂਟ ਕੁਝ ਨਹੀਂ ਹੁੰਦੀ, ਯੂ ਡੋਂਟ ਹੈਵ ਐਨੀ ਟੂ ਆਲਰਾਈਟ ਸੰਧੂ ਸਾਹਿਬ ਟੂ ਲੁੱਕ ਅਪਨ। ਤੁਸੀਂ ਦੇਸ਼ ਦੀ ਜਨਤਾ ਨੂੰ ਜਵਾਬ ਦੇਣ ਜੋਗੇ ਨਹੀਂ ਹੁੰਦੇ, ਤਦ ਤੁਸੀਂ ਇੱਦਾਂ ਦੀ ਗੱਲਾਂ ਦੇ ਪਿੱਛੇ ਛੁੱਪਦੇ ਹੋ। ਸੰਧੂ ਸਾਹਿਬ ਜੋ ਲੱਕੀ ਜੀ ਕਹਿ ਰਹੇ ਹੈ ਕਿ ਜਦੋਂ ਕੁਝ ਕਹਿਣ ਨੂੰ ਨਹੀਂ ਹੁੰਦਾ ਤਾਂ ਜਾ ਕੇ ਅਜਿਹੇ ਫਿਰ ਆਪਾਂ ਰੈਫਰੈਂਸਿਸ ਲੈਂਦੇ ਹਾਂ ਕਿ ਤੁਸੀਂ ਉਹ ਚੀਜ਼ ਦੇਖੋ ਤਾਂ ਵੋਟ ਪਾਓ, ਉਹਨਾਂ ਨੂੰ ਵੇਖੋ ਤਾਂ ਵੋਟ ਪਾਓ। ਕੀ ਅਜਿਹੀ ਗੱਲ, ਮੁੱਦੇ ਖਤਮ ਹੋ ਗਏ ਸੀਗੇ ਕਿ ਭਾਜਪਾ ਦੇ ਕੋਲੋਂ? ਗੌਰਵ ਜੀ, ਇਹ ਤਾਂ ਸਾਰੇ ਮੁਲਕ ਨੂੰ ਹੀ ਪਤਾ ਹੈ ਕਿ ਮੁੱਦੇ ਖਤਮ ਹੋ ਗਏ ਸੀ, ਕਿਉਂਕਿ ਜਿਹੜਾ ਮਾਸਟਰ ਸਟ੍ਰੋਕ ਸੀਗਾ ਨੋਟਬੰਦੀ ਵਾਲਾ, ਉਹਨੇ ਜਿਹੜਾ ਲੱਕ ਤੋੜਿਆ ਮੁਲਕ ਦਾ, ਉਹ ਸਾਰਿਆਂ ਦੇ ਸਾਹਮਣੇ ਹੀ ਹੈ। ਤੇ ਇਹਨਾਂ ਨੇ, ਮੇਰੇ ਭਾਈ ਸਾਹਿਬ ਨੇ, ਗਰੇਵਾਲ ਸਾਹਿਬ ਨੇ ਇੱਕ GST ਦਾ ਕਿਹਾ ਵੀ 1.5 ਗੁਣਾ ਜਿਹੜੀ ਕਲੈਕਸ਼ਨ ਵੱਧ ਗਈ ਹੈ ਟੈਕਸ ਦੀ। ਠੀਕ ਹੈ, ਇਹ ਦੱਸਣਾ ਭੁੱਲ ਗਏ ਕਿ ਉਸ ਜਿਹੜੀ ਸੈਂਟਰ ਦੇ ਕਲੈਕਸ਼ਨ ਵਧੀ ਹੈ ਉਹਨੂੰ ਐਲੋਕੇਟ ਕਰਨ ਦਾ ਜਿਹੜਾ ਬੇਸਿਸ ਸੀਗੇ, ਜਿਹੜਾ 1971 ਦੀ ਜਨਗਣਨਾ ਸੀਗੀ ਉਹਨੂੰ ਇਹਨਾਂ ਨੇ ਚੋਰ ਮੋਰੀ ਰਹੀ 2011 ਦੀ ਜਨਗਣਨਾ ਕਰਤਾ। ਠੀਕ, ਇਹਦੇ ਖਿਲਾਫ ਜਿਹੜੇ ਸਾਊਥ ਸਟੇਟਸ ਦੇ ਫਾਈਨਾਂਸ ਮਿਨਿਸਟਰ ਨੇ ਕਾਨਫਰੰਸ ਵੀ ਕੀਤੀ, ਉਹਦਾ ਪੰਜਾਬ ਦੇ ਉੱਤੇ ਵੀ ਅਸਰ ਪੈ ਰਿਹਾ, ਲੇਕਿਨ ਪਤਾ ਨਹੀਂ ਕੀ ਮਜਬੂਰੀ ਹੈ ਕਿ ਸਾਡੀ ਪੰਜਾਬ ਦੀ ਸਰਕਾਰ ਉਹਨੂੰ ਅਪੋਜ਼ ਨਹੀਂ ਕਰ ਸਕੀ, ਸਾਡਾ ਫਾਈਨਾਂਸ ਮਿਨਿਸਟਰ ਨਹੀਂ ਬੋਲਿਆ। ਉਹਦੇ 'ਚ ਇਹ ਹੋ ਰਿਹਾ ਕਿ ਜੇ ਪੰਜਾਬ ਦਾ 1 ਰੁਪਿਆ ਟੈਕਸ ਸੈਂਟਰ ਨੂੰ ਕਲੈਕਸ਼ਨ ਚਲਾ ਗਿਆ ਤੇ ਹੁਣ 69 ਪੈਸੇ ਸਾਨੂੰ ਵਾਪਸ ਮਿਲਣਗੇ, 31 ਪੈਸੇ ਸਾਨੂੰ ਕਾਟ ਲੱਗ ਜੂ, ਤੇ ਯੂਪੀ ਨੂੰ ਜਿਹੜਾ 1 ਰੁਪਿਆ ਯੂਪੀ 'ਚੋਂ ਇਕੱਠਾ ਹੋਇਆ ਤੇ ਉਹਦੀ ਥਾਂ ਤੇ 1 ਰੁਪਿਆ 27 ਪੈਸੇ ਮਿਲਣਗੇ। ਇਹ ਇਹਨਾਂ ਨੇ ਬੇਸ ਚੇਂਜ ਕਰਤਾ, ਕਿਉਂਕਿ 1971 ਤੋਂ ਬਾਅਦ ਜਨਸੰਖਿਆ ਕੰਟਰੋਲ ਦੀ ਮੁਹਿੰਮ ਚੱਲੀ ਪੰਜਾਬ ਨੇ ਤੇ ਸਾਊਥ ਸਟੇਟਸ ਨੇ ਉਸ ਨੂੰ ਫਾਲੋ ਕੀਤਾ, ਯੂਪੀ ਦੀ ਜਨਸੰਖਿਆ ਵਧੀ ਗਈ, ਅੱਜ ਉਹਨਾਂ ਨੇ ਆਪਦਾ ਬੇਸ ਹੀ ਚੇਂਜ ਕਰਕੇ ਉੱਧਰ ਨੂੰ ਪੈਸਾ ਦਾ ਫਲੋ ਲੈ ਗਏ GST ਰਾਹੀਂ। ਫਿਰ ਜਿਹੜਾ ਇੱਕ ਸ਼ਹੀਦ ਦੇ ਪ੍ਰੋਵੀਜ਼ਨ ਦੀ ਗੱਲ ਹੋਈ ਹੈ, ਕਰਨਲ ਸਾਹਿਬ ਨੇ ਕਿਹਾ ਵੀ ਸ਼ਹੀਦ ਦਾ ਪ੍ਰੋਵੀਜ਼ਨ ਹੀ ਕੋਈ ਨੀਗਾ, ਇਸ ਕਰਕੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਮੈਂ ਕਰਨਲ ਸਾਹਿਬ ਨਾਲ ਇਸ ਗੱਲ ਨਾਲ ਤਾਂ ਸਹਿਮਤ ਹੈ ਕਿ ਸ਼ਹੀਦ ਦਾ ਪ੍ਰੋਵੀਜ਼ਨ ਨਹੀਂ ਗਾ, ਇਸ ਕਰਕੇ ਨਹੀਂ ਦਿੱਤਾ ਜਾ ਸਕਦਾ, ਲੇਕਿਨ ਮੈਂ ਪੁੱਛਣਾ ਚਾਹੁੰਦਾ ਹੈ ਕਿ ਸੰਸਦ ਕਾਹਦੇ ਵਾਸਤੇ ਆ? ਪ੍ਰੋਵੀਜ਼ਨ ਬਣਾਉਣਾ ਹੀ ਹੈ, ਉਹ ਸੰਸਦ 'ਚ ਪ੍ਰੋਵੀਜ਼ਨ ਬਣਾਏ ਜਾ ਸਕਦੇ ਸੀ। ਇਕੱਲੇ CRPF ਵਾਲੇ ਕਿਉਂ? ਇਸ ਮੁਲਕ ਨੇ ਹਜੇ ਤੱਕ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ, ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ, ਗਦਰੀ ਬਾਬਿਆਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਇਹ ਸਹੀ ਮੈਨੇਜ ਦੇ ਵਿੱਚ ਟ੍ਰਾਂਸਫਰ ਆਫ ਪਾਵਰ ਐਕਟ ਦੇ ਰਾਹੀਂ
ਸੱਤਾ ਲੈ ਕੇ ਭਾਵੇਂ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਸੱਤਾ ਦਾ ਸੁੱਖ ਮਾਣ ਰਹੀਆਂ। ਇਹਨਾਂ ਨੇ ਅੰਗਰੇਜ਼ ਸਰਕਾਰ ਦੇ ਪ੍ਰੋਵੀਜ਼ਨ ਚੇਂਜ ਹੀ ਨਹੀਂ ਕੀਤੇ। ਅੱਜ ਵੀ ਜੇ ਕਿਹਾ ਜਾਂਦਾ ਵੀ ਦੱਸੋ ਵੀ ਭਗਤ ਸਿੰਘ ਜੀ ਸ਼ਹੀਦ ਸੀਗਾ ਕਿ ਨਹੀਂ, ਕਹਿੰਦੇ ਨਹੀਂ ਜੀ, ਆਫੀਸ਼ੀਅਲੀ ਆਰਟੀਆਈ 'ਚ ਕੀ ਆਉਂਦਾ ਕਿ ਉਹਨਾਂ ਉਹ ਭਾਰਤ ਦੇ ਬਾਗੀ ਸੀ। ਇਹ ਅੰਗਰੇਜ਼ਾਂ ਦੇ ਰਾਜ ਨੂੰ ਕੰਟੀਨਿਊ ਕਰਦੀਆਂ ਪਾਰਟੀਆਂ, ਇਹਨਾਂ ਦਾ ਕੋਈ ਮਤਲਬ ਨਹੀਂ ਹੈ ਰਾਸ਼ਟਰਵਾਦ ਨਾਲ, ਇਹਨਾਂ ਦਾ ਕੋਈ ਮਤਲਬ ਨਹੀਂ ਹੈ ਵੈਲਫੇਅਰ ਆਫ ਨਹੀਂ ਰਾਸ਼ਟਰਵਾਦ ਨਾਲ ਮਤਲਬ ਨਹੀਂ ਹੈ, ਪਰ ਮੁੱਦਾ ਸਭ ਤੋਂ ਉੱਪਰ ਇਹਨਾਂ ਨੇ ਪ੍ਰਾਇੋਰਟੀ ਰਾਸ਼ਟਰਵਾਦ ਦਾ ਹੀ ਚੁੱਕ ਲਿਆ, ਸਭ ਤੋਂ ਉੱਪਰ ਹੈ। ਅੱਜ ਬਾਲਾਕੋਟ ਦੀ ਗੱਲ ਕਰਦੇ ਆ, ਇਹ ਭੁੱਲ ਜਾਈਏ ਵੀ ਤਾਬੂਤ ਘੁਟਾਲਾ ਕਿਹਨੇ ਕੀਤਾ ਸੀ, ਇਹ ਭੁੱਲ ਜਾਈਏ ਕੰਧਾਰ ਦੇ ਵਿੱਚ ਕੌਣ ਛੱਡ ਕੇ ਆਇਆ ਸੀ, ਇਹ ਭੁੱਲ ਜਾਈਏ ਰਾਫੇਲ ਦੇ ਵਿੱਚ ਜਿਹੜੇ ਇਲਜ਼ਾਮ ਲੱਗ ਰਹੇ ਆ, ਜਿਹੜੇ ਫਰਾਂਸ ਦੇ ਲੀਡਰਸ਼ਿਪ ਨੇ ਵੀ ਕਈ ਗੱਲਾਂ ਕਹਿਤੀਆਂ, ਉਹ ਭੁੱਲ ਜਾਓ ਸਾਰਾ ਕੁਛ, ਬਾਲਾਕੋਟ ਯਾਦ ਰੱਖੋ, GST ਭੁੱਲ ਜਾਓ, ਨੋਟਬੰਦੀ ਭੁੱਲ ਜਾਓ, ਬਾਕੀ ਸਭ ਕੁਛ ਭੁੱਲ ਜਾਓ। ਰਾਈਟ ਸੰਗੀੜਾ ਸਾਹਿਬ, ਸਭ ਤੋਂ ਵੱਡੀ ਗੱਲ ਸੰਗੀੜਾ ਸਾਹਿਬ, ਇਲੈਕਸ਼ਨ ਕਮਿਸ਼ਨ ਨੇ ਵੀ ਇਹ ਕਾਮਯਾਬ ਤਾਂ ਇਹਨਾਂ ਨੇ ਦੇਖੋ ਪੁਆਇੰਟ ਬਣਾਤਾ ਡਿਸਕਸ ਦਾ। ਰਾਈਟ, ਉਹੀ ਤਾਂ ਹੀ ਤਾਂ ਅਸੀਂ ਗੱਲ ਕਰ ਰਹੇ ਹਾਂ ਸੰਗੀੜਾ ਸਾਹਿਬ। ਜਦ ਇਲੈਕਸ਼ਨ ਕਮਿਸ਼ਨ ਨੇ 19 ਮਾਰਚ ਨੂੰ ਕਲੀਅਰ ਕੱਟ ਗਾਈਡਲਾਈਨਸ ਦਿੱਤੀਆਂ ਸੀ ਕਿ ਫੌਜ ਦਾ ਨਾਂ ਇਸਤੇਮਾਲ ਨਾ ਕਰੋ, ਆਪਣਾ ਤੁਸੀਂ ਕੰਮ ਵੱਖਰੇ ਤੌਰ 'ਤੇ ਕਰਦੇ ਰਹੋ, ਤੁਸੀਂ ਸਿਆਸਤ ਕਰ ਰਹੇ ਹੋ, ਸਿਆਸੀ ਪਾਰਟੀਆਂ ਉਹ ਕਰਦੇ ਰਹੋ ਆਰਾਮ ਦੇ ਨਾਲ, ਕਿਸੇ ਨੇ ਨਹੀਂ ਰੋਕਿਆ, ਤੁਹਾਡਾ ਕੰਮ ਆਪਣਾ, ਫੌਜ ਦਾ ਕੰਮ ਆਪਣਾ, ਉਹ ਦੇਸ਼ ਦੀ ਆਰਮੀ ਹੈ। ਪਰ ਫਿਰ ਅਜਿਹੀ ਕਿਹੜੀ ਲੋੜ ਪੈ ਗਈ ਕਿ ਖਾਸ ਤੌਰ 'ਤੇ ਅਸੀਂ ਜ਼ਿਕਰ ਕਰ ਰਹੇ ਕਿ ਪ੍ਰਧਾਨ ਮੰਤਰੀ ਨੂੰ ਕਿਹੜੀ ਲੋੜ ਪੈ ਗਈ ਕਿ ਮੰਚ ਤੋਂ ਅਜਿਹਾ ਉਹਨਾਂ ਨੇ ਸੰਬੋਧਨ ਕਰਤਾ? ਅਗਰ ਤਾਂ ਕੋਈ ਹੋਰ ਕਿਸੇ ਮੰਤਰੀ ਨੇ ਯੂਪੀ ਦੇ ਇੱਧਰ ਉੱਧਰ ਕਿਸੇ ਨੇ ਕਿਹਾ ਹੁੰਦਾ ਤਾਂ ਸਮਝ ਪੈਂਦੀ ਹੈ ਕੋਈ ਬੋਲ ਜਾਂਦਾ, ਸਭ ਤੋਂ ਜ਼ਿੰਮੇਦਾਰ ਬੰਦੇ ਨੇ ਉਹ। ਦੇਖੋ ਜੀ, ਪਿਛਲੀ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਜਿਹੜੀ ਬੀਜੇਪੀ ਨੇ ਆਪਣੇ ਵੋਟ ਬੈਂਕ ਨੂੰ ਪ੍ਰਭਾਵਿਤ ਕੀਤਾ, ਇਹਨਾਂ ਨੇ ਬਹੁਤ ਜ਼ਿਆਦਾ ਇਹ ਪ੍ਰਚਲਿਤ ਕਰਤਾ ਸੀਗਾ ਕਿ ਅੱਛੇ ਦਿਨ ਆਉਣੇ ਵਾਲੇ ਹੈ। ਬਹੁਤ ਜ਼ਿਆਦਾ ਇਸ ਗੱਲ ਦਾ ਪ੍ਰਚਾਰ ਕੀਤਾ ਵੀ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਗਈ ਤਾਂ ਲੋਕਾਂ ਦਾ ਜੀਵਨ ਪੱਧਰ ਠੀਕ ਹੋਏਗਾ, ਰਹਿਣ ਸਹਿਣ ਜਿਹੜਾ ਉੱਚਾ ਹੋਏਗਾ ਅਤੇ ਹਰ ਇੱਕ ਵਿਅਕਤੀ ਦੇ ਖਾਤੇ 'ਚ 15 ਲੱਖ ਆਏਗਾ, ਦੇਸ਼ ਦੀ ਤਰੱਕੀ ਹੋਏਗੀ, ਰੁਜ਼ਗਾਰ ਦਿੱਤਾ ਜਾਏਗਾ, ਪੱਕੇ ਮਕਾਨ ਦਿੱਤੇ ਜਾਣਗੇ। ਗਰੇਵਾਲ ਸਾਹਿਬ ਨੇ ਜਿਹੜੇ ਅੰਕੜੇ ਦਿੱਤੇ ਆ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹੈਗਾ। ਜੇ 19 ਮਕਾਨ ਦਿੱਤੇ ਗਏ ਆ ਤੇ ਉਹ ਜਿਹੜੀ ਪਾਪੂਲੇਸ਼ਨ ਦੀ ਗੱਲ ਆ 19 ਤਾਂ ਫਿਰ ਉਹ ਮਤਲਬ ਉਹਨਾਂ ਨੂੰ ਮਿਲ ਗਏ ਆ, ਤੇ ਜਿਹੜੇ ਇਹਨਾਂ ਨੇ ਇਨਕਮ ਦੀ ਵੀ ਗੱਲ ਕੀਤੀ ਆ, GST ਦੇ ਵਿੱਚ ਇਨਕਮ ਵਧੀਆ, GST ਦੇ ਵਿੱਚ ਠੀਕ ਹੈ ਇਨਕਮ ਵਧੀਆ, ਪਰ ਉਹਦੇ ਨਾਲ 19 ਨਹੀਂ ਵਧੀ ਜਿੰਨੀ ਗਰੇਵਾਲ ਸਾਹਿਬ ਕਹਿ ਰਹੇ, ਨਾ ਹੀ ਸਾਰੀਆਂ ਸਟੇਟਸ ਨੂੰ ਫਾਇਦਾ ਹੋਇਆ ਜਿੱਦਾਂ ਸੰਧੂ ਸਾਹਿਬ ਨੇ ਸਾਰਾ ਦੱਸਿਆ ਆ, ਪਰ ਉਹਦੇ ਵਿੱਚ ਸ਼ੁਰੂ ਵਿੱਚ ਬਹੁਤ ਛੋਟੇ ਵਪਾਰੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਈਵਨ ਜਿਹੜਾ ਛੋਟੇ ਤੋਂ ਛੋਟਾ ਗਰੀਬ ਆਦਮੀ ਵੀ ਇੱਕ ਢਾਬੇ ਤੇ ਵੀ ਖਾਣਾ ਖਾਂਦਾ ਸੀ, ਉਹਦੇ ਤੇ ਵੀ 30% ਪੈਸੇ ਹੋਰ ਲੱਗਣੇ ਸ਼ੁਰੂ ਹੋ ਗਏ। ਇਹਨਾਂ ਨੇ ਬਹੁਤ ਚੀਜ਼ਾਂ ਜਿਹੜੀਆਂ ਕਲੀਅਰ ਨਹੀਂ ਸੀ ਕੀਤੀਆਂ ਪਹਿਲੇ ਮਹੀਨਿਆਂ ਦੇ ਵਿੱਚ, ਮੈਂ ਉਹਦੇ 'ਚ ਲਫ਼ਜ਼ ਵਰਤਿਆ ਸੀ ਹੋਮਵਰਕ, ਬਿਨਾਂ ਹੋਮਵਰਕ ਕਰਨ ਤੋਂ, ਬਿਨਾਂ ਤਿਆਰੀ ਕਰਨ ਤੋਂ ਐਡਾ ਵੱਡਾ ਕਾਨੂੰਨ ਬਦਲ ਦੇਣਾ, ਇਹ ਉਹ ਜਿਹੜਾ ਆ ਬਹੁਤ ਗਲਤ ਗੱਲ ਸੀਗੀ। ਇਸੇ ਤਰ੍ਹਾਂ ਇਹਨਾਂ ਨੇ ਨੋਟਬੰਦੀ 'ਚ ਕੀਤਾ, ਬਹਾਨਾ ਲਗਾਇਆ ਕਿ ਇਹ ਆਪਣਾ ਕਾਲਾ ਧਨ, ਕਾਲਾ ਧਨ ਦੀ ਜਨਰੇਸ਼ਨ ਤਾਂ ਰੁਕੀ ਨਹੀਂ ਇਹਨਾਂ ਨੇ, ਇਹਨਾਂ ਨੇ ਤਾਂ ਕੋਰੀਡੋਰ ਦਿੱਤਾ, ਇੰਨੇ 1000 ਕਰੋੜ ਇਹਨਾਂ ਦੇ ਰਾਜ ਦੇ ਵਿੱਚ ਲੋਕ ਬੈਂਕਾਂ ਦੇ ਪੈਸੇ ਮਾਰ ਕੇ ਬਾਹਰ ਚਲੇ ਗਏ ਆ, ਆਰਾਮ ਨਾਲ ਉੱਥੇ ਐਸ਼ੋਪਰਸਤ ਦੀ ਜ਼ਿੰਦਗੀ ਜੀ ਰਹੇ ਆ। ਹਾਂਜੀ, ਬਾਕੀ ਡਿਫੈਂਸ ਡੀਲ ਦੀ ਇਹਨਾਂ ਨੇ ਗੱਲ ਕੀਤੀ ਹੈ, ਡਿਫੈਂਸ ਡੀਲ ਦੇ ਵਿੱਚ ਕਹਿੰਦੇ ਕਾਗਜ਼ ਹੀ ਹੈ ਨਹੀਂ, PMO ਆਫਿਸ ਵਿੱਚ ਫਾਈਲ ਹੀ ਗੁਆਚ ਗਈ ਹੈ। ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ, ਚੌਕੀਦਾਰ ਕਿੱਥੇ ਗਿਆ? ਹਾਂਜੀ, ਚੌਕੀਦਾਰ ਕਿੱਥੇ ਗਿਆ? ਨਾਲੇ ਕੋਈ ਵੀ, ਪਹਿਲੀ ਗੱਲ ਤਾਂ ਫਾਈਲ ਕਿੱਥੋਂ ਗੁਆਚੀ? PM ਹਾਊਸ ਵਿੱਚੋਂ। ਮੇਰੇ ਖਿਆਲ 'ਚ ਇਹ ਦੇਸ਼ ਦੇ ਇਤਿਹਾਸ 'ਚ ਪਹਿਲੀ ਘਟਨਾ ਹੋਣੀ ਹੈ ਕਿ PM ਹਾਊਸ 'ਚੋਂ ਫਾਈਲ ਹੀ ਨਹੀਂ ਲੱਭੀ ਇੱਕ ਇੰਪੋਰਟੈਂਟ ਡਿਫੈਂਸ ਡੀਲ ਦੀ। ਨਾਲੇ ਮੈਂ ਵੀ ਸਰਕਾਰੀ ਅਫਸਰ ਰਿਹਾ ਹਾਂ, ਕੋਈ ਵੀ ਸਰਕਾਰੀ ਫਾਈਲ ਜਦੋਂ ਗੁੰਮ ਹੁੰਦੀ ਹੈ ਨਾ ਗੌਰਵ ਜੀ, ਉਹ ਫਾਈਲ ਰੀਸਟਰਕਚਰ ਹੋ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਕੋਰਸਪੋਂਡੈਂਸ ਹੋਈ ਹੋਈ ਹੁੰਦੀ ਹੈ ਵੱਖ ਵੱਖ ਪਾਸਿਓਂ, ਉੱਥੋਂ ਕਾਪੀਜ਼ ਲਿਆ ਕੇ ਜ਼ਿੰਮੇਵਾਰ ਆਫੀਸਰ ਉਹਨੂੰ ਤਸਦੀਕ ਕਰਦਾ ਹੈ, ਠੀਕ ਹੈ, 98-99% ਫਾਈਲ ਰੀਸਟਰਕਚਰ ਹੋ ਜਾਂਦੀ ਹੈ। ਇਹ ਅਜਿਹਾ ਸਾਰਾ ਫੇਲਿਅਰ ਸੀਗਾ ਪਿਛਲੇ 5 ਸਾਲ ਦਾ, ਤਾਂ ਹੀ ਕਰਕੇ ਮੁੱਦਾ ਚੁੱਕਣ ਦੀ ਲੋੜ ਪੈ ਗਈ। ਬਿਲਕੁਲ ਗਰੇਵਾਲ ਸਾਹਿਬ ਡਿਨਾਈ ਕਰ ਰਹੇ, ਪਰ ਜਿਹੜੀ ਮੈਂ ਪਹਿਲੀ ਗੱਲ ਹੀ ਕਹੀ ਆ, ਆਈ ਰੀਆਈਟਰੇਟ ਮਾਈ ਚਾਰਜਸ,
ਪ੍ਰਾਥਮਿਕਤਾ ਪ੍ਰਾਇਰਟੀ ਉਹਨਾਂ ਨੇ ਇਹੀ ਕਿਹਾ ਸੀ। ਗਰੇਵਾਲ ਸਾਹਿਬ, ਜਦ ਇਲੈਕਸ਼ਨ ਕਮਿਸ਼ਨ ਨੇ ਕਲੀਅਰ ਕੱਟ ਗਾਈਡਲਾਈਨਸ ਦਿੱਤੀਆਂ ਸੀਗੀਆਂ, ਡੂ ਨੋਟ ਮੈਂਸ਼ਨ ਆਰਮੀ ਜਾਂ ਉਹਨਾਂ ਦੇ ਪ੍ਰੋਪਾਗੈਂਡਾ, ਤੁਸੀਂ ਆਪਣਾ ਕਰਨਾ ਕਰੀ ਚਲੋ, ਆਰਮੀ ਦਾ ਨਾਂ ਨਾ ਲਓ, ਫਿਰ ਸਵਾਲ ਲੋਕ ਇਹ ਜਾਣਨਾ ਚਾਹੁੰਦੇ ਲੋੜ ਕੀ ਭਾਈ। ਇਸ ਤਰ੍ਹਾਂ ਇਹ ਇਲੈਕਸ਼ਨ ਕਮਿਸ਼ਨ ਨੂੰ ਅਪਰੋਚ ਕਰ ਸਕਦੇ ਆ। ਇਲੈਕਸ਼ਨ ਕਮਿਸ਼ਨ ਇੱਕ ਸੰਵਿਧਾਨਿਕ ਸੰਸਥਾ ਜੀ, ਮੈਂ ਉਹਦੇ 'ਤੇ ਕੋਈ ਕਮੈਂਟਸ ਨਹੀਂ ਕਰਨੇ। ਇਹਨਾਂ ਨੂੰ ਤਾਂ ਸੰਵਿਧਾਨਿਕ ਸੰਸਥਾਵਾਂ ਦੀ ਵੀ ਕਦਰ ਨਹੀਂ ਹੈ, ਉਹਨਾਂ ਦੇ ਹਰ ਫੈਸਲੇ 'ਤੇ ਸਵਾਲ ਉਠਾ ਦਿੰਦੇ ਆ। ਇਹਨਾਂ ਦੀ ਆਪਣੀ ਸੁਵਿਧਾ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਉਹ ਦੇਸ਼ ਇਸ ਤਰ੍ਹਾਂ ਨਹੀਂ ਚੱਲ ਰਿਹਾ, ਦੇਸ਼ ਸੰਵਿਧਾਨ ਦੇ ਹਿਸਾਬ ਨਾਲ ਚੱਲ ਰਿਹਾ। ਸੰਵਿਧਾਨਿਕ ਸੰਸਥਾਵਾਂ ਚਲਾ ਰਹੀਆਂ ਨੇ, ਇਲੈਕਸ਼ਨ ਕਮਿਸ਼ਨ ਚੁਣਾਉ ਕਰਵਾ ਰਿਹਾ। ਜੇ ਉਹਨੂੰ ਕੋਈ ਗਲਤੀ ਲੱਗੇਗੀ, ਇਹ ਉੱਥੇ ਸ਼ਿਕਾਇਤ ਕਰਨ, ਉਹ ਗੱਲ ਕਰਨਗੇ ਉਹਨਾਂ ਸੰਬੰਧਿਤ ਵਿਅਕਤੀਆਂ ਨਾਲ ਜੋ ਵੀ ਗਲਤੀ ਕਰੇਗਾ। ਇਸ ਕਰਕੇ ਇਹਨਾਂ ਗੱਲਾਂ ਨੂੰ ਐਵੇਂ ਖਾਮ ਖਾਦਾ ਤੂਲ ਦੇਣਾ, ਮੈਂ ਸਮਝਦਾ ਕਿ ਇਹਨਾਂ ਦਾ ਸੰਵਿਧਾਨਕ ਸੰਸਥਾਵਾਂ ਦੇ ਅੰਦਰ ਕੋਈ ਵਿਸ਼ਵਾਸ ਨਹੀਂ ਹੈ। ਇਹ ਤਾਂ ਕਿਸੇ ਵੀ ਤਰੀਕੇ ਨਾਲ ਸੱਤਾ ਹਥਿਆਉਣਾ ਚਾਹੁੰਦੇ ਨੇ, ਉਹ ਇਹਨਾਂ ਨੂੰ ਨਹੀਂ ਮਿਲਣੀ। ਸੈਕੂਲਰਿਜ਼ਮ ਦੀ ਇਹਨਾਂ ਦੀ ਆਪਣੀ ਪਰਿਭਾਸ਼ਾ, ਰਾਸ਼ਟਰਵਾਦ ਦੀ ਅਸੀਂ ਗੱਲ ਕਰਦੇ ਹਾਂ, ਉਹਦੇ 'ਤੇ ਵੀ ਇਤਰਾਜ਼ ਆ। ਰਾਸ਼ਟਰਵਾਦ ਸਾਡੇ ਆਚਰਣ ਦਾ ਇੱਕ ਹਿੱਸਾ, ਭਾਰਤੀ ਜਨਤਾ ਪਾਰਟੀ ਉਹਦੇ ਯਕੀਨ ਕਰਦੀ ਆ। ਗਰੇਵਾਲ ਸਾਹਿਬ, ਦੱਸਣ ਦੀ ਤੁਹਾਨੂੰ ਲੋੜ ਕਿਉਂ ਪੈ ਗਈ? ਇਹ ਤੁਹਾਨੂੰ ਦੱਸਣ ਦੀ ਲੋੜ ਕਿਉਂ ਪੈ ਗਈ? ਲੋਕਾਂ ਨੂੰ ਤੁਸੀਂ ਇਹ ਲੈਸਨ ਕਿਉਂ ਦੇਣਾ ਸ਼ੁਰੂ ਕਰਤਾ? ਪ੍ਰਵਚਨ ਜੇ ਦੇਣੇ ਕਿਉਂ ਸ਼ੁਰੂ ਕਰਤੇ? ਕਿਹੜਾ ਰਾਸ਼ਟਰਵਾਦ, ਭਾਰਤ ਮਾਤਾ ਦੀ ਜੈ, ਅਤੇ ਇਹ ਦੱਸਣ ਦੀ ਲੋੜ ਕਿਉਂ ਪੈ ਗਈ? ਸਾਰੇ ਦੇਸ਼ ਭਗਤੀ ਤੁਹਾਡੇ ਨਾਲ ਬੈਠੇ, ਅਸੀਂ ਵੀ ਸਾਰੇ ਹੈਗੇ ਹਾਂ, ਇਹ ਦੱਸਣ ਦੀ ਕਿਉਂ ਲੋੜ ਪੈ ਗਈ? ਅਸੀਂ ਇਸ ਤਰ੍ਹਾਂ ਕਿ ਜਦੋਂ ਕੁਛ ਲੋਕ ਐਸੇ ਨੇ ਜਿਹੜੇ ਸੈਨਾ 'ਤੇ ਵੀ ਸਵਾਲ ਚੁੱਕਦੇ ਨੇ, ਕੁਛ ਲੋਕ ਐਸੇ ਨੇ ਜਿਹੜੇ ਦੇਸ਼ ਭਗਤੀ 'ਤੇ ਵੀ ਸਵਾਲ ਚੁੱਕਦੇ ਨੇ, ਉਹਨਾਂ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੋ ਜਾਂਦਾ। ਕੁਛ ਲੋਕ ਐਸੇ ਨੇ ਜਿਹੜੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਭਾਰਤ ਤੇਰੇ ਟੁਕੜੇ ਹੋਣਗੇ, ਇਨਸ਼ਾਅੱਲਾ ਉਹਦੇ ਸਮਰਥਨ 'ਚ ਪਹੁੰਚ ਜਾਂਦੇ ਆਪਣੇ ਸਵਾਰਥ ਸਿੱਧ ਕਰਨ ਲਈ। ਇਸ ਕਰਕੇ ਸਾਨੂੰ ਬੋਲਣਾ ਪੈਂਦਾ, ਇਸ ਕਰਕੇ ਸਾਨੂੰ ਕਰਨੀ ਪੈਂਦੀ। ਟਾਈਮ ਘੱਟ ਹੈ, ਹਾਂ ਲੱਕੀ ਜੀ, ਇਸ ਕਰਕੇ ਗਰੇਵਾਲ ਸਾਹਿਬ ਨੂੰ ਬੋਲਣਾ ਪੈਂਦਾ। ਤੁਸੀਂ ਸਵਾਲ ਜ਼ਿਆਦਾ ਕਰ ਜਾਂਦੇ ਹੋ ਕਈ ਵਾਰ, ਦੇਸ਼ ਭਗਤੀ ਦੀ ਤੁਸੀਂ ਭੁੱਲ ਜਾਂਦੇ ਹੋ, ਤੁਹਾਨੂੰ ਸਾਰਿਆਂ ਨੂੰ ਸਮਝਾਉਣ ਦੇ ਲਈ ਚੁੱਕਣਾ ਪਿਆ ਰਾਸ਼ਟਰਵਾਦ ਦਾ ਮੁੱਦਾ, ਇਹ ਗਰੇਵਾਲ ਸਾਹਿਬ ਕਹਿ ਰਹੇ। ਹਾਂ, ਬੀਜੇਪੀ ਤੋਂ ਸਾਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਬੀਜੇਪੀ ਦਾ ਰੋਲ ਦੇਸ਼ ਦੀ ਆਜ਼ਾਦੀ ਦੇ ਟਾਈਮ ਕੀ ਸੀ ਸਾਰਿਆਂ ਨੂੰ ਪਤਾ ਹੈ, ਔਰ ਇਹ ਅੱਜ ਦੇਸ਼ ਭਗਤੀ ਦੀ ਗੱਲਾਂ ਕਿਉਂ ਕਰ ਰਹੇ ਨੇ ਇਹ ਵੀ ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਇਹ ਗੱਲਾਂ ਨਾ ਕਰਨ, ਇਹ ਵੋਟ ਮਿਲ ਜਾਣਗੇ ਇਹਦੇ ਨਾਲ। ਬੀਜੇਪੀ ਜਿਹੜੀ ਗੱਲ ਕਰ ਰਹੀ ਹੈ ਇਹਨਾਂ ਨੂੰ ਵੋਟ ਮਿਲ ਜਾਣਗੇ, ਦੱਸੋ ਸਾਡੇ ਰੁੱਕ ਜਾਣਗੇ ਇਹਨਾਂ ਨੂੰ ਮਿਲ ਜਾਣਗੇ? ਬਿਲਕੁਲ ਬਿਲਕੁਲ ਵੋਟ ਨਹੀਂ ਮਿਲਦੇ, ਲੋਕ ਸਮਝ ਰਹੇ ਨੇ, ਲੋਕਾਂ ਨੂੰ ਸਾਰਾ ਕੁਝ ਸਮਝ ਆ ਗਿਆ ਵੀ ਇਹ ਕਿਉਂ, ਪਹਿਲਾਂ ਇਹ ਰਾਮ ਮੰਦਿਰ ਦੇ ਨਾਮ 'ਤੇ, ਕਦੇ ਧਾਰਾ 370 ਦੇ ਨਾਮ 'ਤੇ, ਕਦੇ ਹਿੰਦੂ ਮੁਸਲਮਾਨ ਦੇ ਨਾਮ 'ਤੇ, ਕਦੇ ਇੰਡੀਆ ਪਾਕਿਸਤਾਨ ਦੇ ਨਾਮ 'ਤੇ, ਹੁਣ ਇਹ ਬਾਲਾਕੋਟ ਦੇ ਨਾਮ 'ਤੇ, ਸਿਰਫ ਤਾਂ ਸਿਰਫ ਕੰਮ ਪੋਲਰਾਈਜੇਸ਼ਨ ਕਰਨ ਦਾ। ਅਚੀਵਮੈਂਟ ਕੋਈ ਨਹੀਂ ਹੈ, ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ, ਬਾਰ ਬਾਰ ਇਹ ਦੱਸ ਰਿਹਾ ਕਿ ਫੇਲੀਅਰ ਹੈ। ਇਸ ਕਰਕੇ ਇਹਨਾਂ ਨੂੰ ਅੱਜ ਫੌਜ ਦੇ ਨੌਜਵਾਨ ਵੋਟਰਾਂ ਨਾਲ ਨੌਕਰੀ ਦੀ ਗੱਲ ਨਹੀਂ ਕਰ ਰਹੇ, ਉਹਨਾਂ ਨੂੰ ਚੁੱਪਤਾ ਕਰਾਓ ਤਾਂ ਹੀ। ਜਦੋਂ ਦੇਸ਼ ਦੇ ਅੰਦਰ ਦੋ ਪ੍ਰਧਾਨ ਮੰਤਰੀਆਂ ਦੀ ਗੱਲ ਕਰਨ, ਦੋ ਸੰਵਿਧਾਨ ਦੀ ਗੱਲ ਕਰਨ, ਤਾਂ ਅਸੀਂ ਧਾਰਾ 370 ਹਟਾਉਣ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਕਰਨੀ ਪੈਂਦੀ ਹੈ ਧਾਰਾ 35A ਹਟਾਉਣ ਦੀ। ਇਸ ਕਰਕੇ ਇੱਕ ਦੇਸ਼ ਹੈ, ਇਹਦੇ 'ਚ ਸਮਾਨ ਕਾਨੂੰਨ ਹੋਵੇ, ਔਰ ਇਸ ਤੇ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ, ਔਰ ਦੇਸ਼ ਦੇ ਨਾਗਰਿਕ ਵੀ ਇਹੀ ਚਾਹੁੰਦੇ। ਗੌਰਵ ਜੀ, ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਸਮਾਨ ਕਾਨੂੰਨ ਤੇ ਸੰਧੂ ਸਾਹਿਬ, ਤੁਸੀਂ ਤੁਹਾਡੇ ਲੀਡਰ ਕਹਿੰਦੇ ਹੈ ਕਿ ਤੁਹਾਡੇ ਉੱਥੇ ਜਿਹੜੀ ਹਵਾਈ ਜਹਾਜ਼ ਸੀ ਉਹ ਦਰਖਤ ਤੋੜਨ ਗਈ ਸੀ, ਕਿ ਉੱਥੇ ਜਿਹੜਾ ਹੈ ਟੈਰਰਿਸਟ ਨੂੰ ਮਾਰਨ ਗਏ ਸੀ,
ਸਵਾਲ ਉਦੋਂ ਉੱਠਦਾ ਹੈ ਦਰਖਤ ਦੀਆਂ ਆਈਆਂ ਸੀਗੀਆਂ ਹੁਣ ਹੁਣ ਸਵਾਲ ਕੀ ਖੜਾ ਹੁੰਦਾ ਕਿ ਦਰਖਤ ਗਿਰਾਉਣ ਦੇ ਲਈ ਲੋਕ ਵੋਟ ਪਾ ਦੇਣ ਬਾਲਾਕੋਟ ਤੋਂ ਬਾਅਦ ਜਿਹੜੀ ਪਾਕਿਸਤਾਨ ਦੀ ਤਸਵੀਰਾਂ ਜ਼ਿਆਦਾਤਰ ਦਰਖਤ ਵਾਲੀ ਆਈਆਂ ਸੀ ਹੁਣ ਦਰਖਤ ਗਿਰਾਉਣ ਠੀਕ ਹੈ ਸੰਧੂ ਸਾਹਿਬ ਤੁਸੀਂ ਗੌਰਵ ਜੀ ਜੇ ਸਮਾਨ ਕਾਨੂੰਨ ਦੀ ਗੱਲ ਕਰਦੇ ਆ ਤਾਂ ਸਮਾਨ ਕਾਨੂੰਨ ਦੇ ਵਿੱਚ ਕੀ ਹਿੰਦੂ ਮੈਰਿਜ ਐਕਟ ਹੀ ਲਾਗੂ ਹੋਊਗਾ ਜਾਂ ਜਿਹੜਾ ਮੁਸਲਮਾਨ ਦਾ ਕੰਟਰੈਕਟ ਮੈਰਿਜ ਆ ਉਹ ਹਿੰਦੂਆਂ ਦਾ ਵੀ ਲਾਗੂ ਹੋ ਸਕਦਾ ਸਮਾਨ ਕਾਨੂੰਨ ਦਾ ਲਾਗੂ ਕਰ ਦਿਓ ਤੁਸੀਂ ਆਪਣਾ ਮਨ ਬਣਾ ਲੈ ਜਿਹੜਾ ਸਵਾਲ ਮੈਂ ਕਮੋ ਸਾਹਿਬ ਤੁਸੀਂ ਕਲੀਅਰ ਕਰੋ ਲੋ 10 ਸੈਕਿੰਡ ਲੋ ਫਟਾਫਟ ਟਾਈਮ ਖਤਮ ਹੋ ਚੁੱਕਾ ਦੱਸੋ ਤੁਸੀਂ ਮੈਂ ਕਲੀਅਰ ਕਰੋ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੇ ਲੋਕ ਆਰਮੀ ਫੋਰਸ AFPA ਨੂੰ ਕਹਿੰਦੇ ਨੇ ਕਿ ਅਸੀਂ ਜਿਹੜਾ ਹੈ ਖਤਮ ਕਰ ਦੇਣਾ ਹੈਗਾ ਉਹ ਸਾਡੇ ਦੇਸ਼ ਦੀ ਹਿੱਤ ਦੀ ਗੱਲ ਕਰਦੇ ਨੇ ਇੱਥੋਂ ਤੱਕ ਡਿਫੈਂਸ ਡੀਲ ਦੀ ਇਸ ਭਰਾ ਨੇ ਕਿਹਾ ਹੈਗਾ ਸਪਟੰਬਰ 2018 ਉਦੋਂ ਤੱਕ ਲੋਕ ਸਭਾ ਦੇ ਸਵਾਲ ਦਾ ਮੈਂ ਜਵਾਬ ਦੇ ਰਿਹਾ ਮੈਂਸ਼ਨ ਕਿ 185 ਡੀਲਸ ਹੋ ਚੁੱਕੀਆਂ ਸੀਗੀਆਂ ਇਹ ਮੈਨੂੰ ਦੱਸਣ ਕਿ ਇਹਨਾਂ ਨੇ 10 ਸਾਲਾਂ 'ਚ ਕਿੰਨੀਆਂ ਡੀਲਸ ਕੀਤੀਆਂ ਹੁਣ ਸਮਾਂ ਖਤਮ ਹੋ ਗਿਆ 10 ਦੀ ਬਣ ਕੇ ਮੁੱਦੇ ਹੋਰ ਬੜੇ ਸੀਗੇ ਪਰ ਇਹ ਰਾਸ਼ਟਰਵਾਦ ਦਾ ਮੁੱਦਾ ਉੱਪਰ ਕਿਵੇਂ ਆ ਗਿਆ ਇਹ ਲੋਕ ਜਾਣਨਾ ਚਾਹੁੰਦੇ ਨੇ ਉਸ ਲਈ ਅਸੀਂ ਡਿਬੇਟ ਕੀਤੀ ਮੈਂ ਮਾਫੀ ਚਾਹੁੰਦਾ ਕਿ ਸਮਾਂ ਖਤਮ ਹੋ ਗਿਆ ਤੁਸੀਂ ਸਾਰੇ ਆਏ ਗੱਲਬਾਤ ਕੀਤੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਪੁਆਇੰਟ ਦੇ ਵਿੱਚ ਇੰਨਾ ਹੀ ਇਜਾਜ਼ਤ ਦਿਓ ਧੰਨਵਾਦ